ਬੜਾ ਚੰਗਾ ਉਪਰਾਲਾ ਕੀਤਾ ਜੀ ਫਾਰਮਰਸ ਹੱਟ, ਇੱਥੇ ਜਿਹੜੀ ਹੈ ਉਹ ਮੋਬਾਈਲ ਇੱਕ ਹੱਟ ਹੈਗੀ ਹੈ, ਅਸੀਂ ਉਹਦੇ ਅੰਦਰ ਬੈਠੇ ਹੋਏ ਹਾਂ। ਤੁਸੀਂ ਉੱਪਰ ਵੱਲ ਦੇਖੋ ਤਾਂ ਤੁਹਾਨੂੰ ਮਿਊਜ਼ਿਕ ਵੀ ਮਿਲੇਗਾ, ਪੂਰੀ ਰੈਸਟੋਰੈਂਟ ਵਾਲੀ ਫੀਲਿੰਗ ਮਿਲੇਗੀ। ਇਹ ਨਹੀਂ ਹੈ ਕਿ ਤੁਹਾਨੂੰ ਇਕੱਲਾ ਇੱਥੇ ਆਓਗੇ, ਖਾ ਰਹੇ ਹੋ, ਬਾਹਰ ਖੜ੍ਹੇ ਹੋ ਅਤੇ ਬੋਰਿੰਗ ਬੋਰਿੰਗ ਕੰਮ ਹੈ, ਨਹੀਂ, ਤੁਹਾਨੂੰ ਇੱਥੇ ਮਿਊਜ਼ਿਕ ਵੀ ਮਿਲੇਗਾ। ਖੇਤੀ ਦੇ ਵਿੱਚ ਥੋੜ੍ਹਾ ਜਿਹਾ ਨੁਕਸਾਨ ਲੋਸ ਹੁੰਦਾ ਆ ਇਨਸਾਨਾਂ ਨੂੰ, ਸਾਨੂੰ ਵੀ ਆਇਆ। ਅਤੇ ਅਸੀਂ ਆਉਣ ਵਾਲੇ ਸਮੇਂ 'ਚ ਨਬਜ਼ ਸੀਗੀ ਜੰਕ ਫੂਡ ਦੀ, ਅਤੇ ਜੰਕ ਫੂਡ ਸਾਰੇ ਹੀ ਖਾਂਦੇ ਨੇ, ਅਤੇ ਅਸੀਂ ਸੋਚਿਆ ਕਿ ਟਰੋਲੀ ਅਤੇ ਇੱਕ ਟਰੈਕਟਰ ਇੱਦਾਂ ਦੀ ਚੀਜ਼ ਅਲੱਗ ਤੋਂ ਹੀ ਹੋਵੇ। ਮੁੰਡਾ ਵੀ ਆ ਜੋ ਵੀ ਕੁੜੀ ਵੀ ਆ, ਬਾਹਰ 25-30 ਲੱਖ ਲਾ ਕੇ ਜਾਂਦੇ ਨੇ, ਅਤੇ ਇੱਕ ਟਰਾਈ ਕਰਨ ਸਾਡੇ ਪੰਜਾਬ, ਆਪਣਾ ਪੰਜਾਬ ਨਾ ਛੱਡ ਕੇ ਜਾਓ, ਕਿਉਂਕਿ ਸਾਡਾ ਪੰਜਾਬ ਤਾਂ ਬਹੁਤ ਰਿਚ ਸੀਗਾ। ਸਾਰਾ ਜਿਹੜਾ ਲਾਈਟ ਲੂਈਟ ਦਾ ਸਾਰਾ ਸਿਸਟਮ ਕੀਤਾ, ਸੋਲਰ ਪੈਨਲਸ 'ਤੇ ਲੈ ਕੇ ਤੁਸੀਂ ਕੀਤਾ, ਹੁਣ ਈਵਨ ਏਸੀ ਵੀ ਚਲਾਇਆ ਤੁਸੀਂ, ਵੀ ਇਹ ਸੋਲਰ ਪੈਨਲ 'ਤੇ ਲਾ ਕੇ ਚਲਾਇਆ। ਅਸੀਂ ਹੇਠਲੀ ਇਹ ਟਰੱਕ ਦੀ ਆ, ਇਸ ਟਰੱਕ ਦੀ ਆ, ਇਸ ਟਾਈਮ ਟਰੋਲੀ ਦੇ ਰੂਪ 'ਚ ਆ ਇਹ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਪਟਿਆਲਾ ਜੋ ਤੋਂ ਜੇ ਤੁਸੀਂ ਆਓਗੇ ਤਰਹੇੜੀ ਜੱਟਾਂ, ਜਿਹੜਾ ਟੋਲ ਟੈਕਸ ਹੈਗਾ, ਜਿੱਥੇ ਟੋਲ ਪਲਾਜ਼ਾ ਹੈਗਾ, ਦੇਣਾ ਪੈਂਦਾ ਟੋਲ ਟੈਕਸ, ਉਸ ਤੋਂ 1 ਕਿਲੋਮੀਟਰ ਅੱਗੇ ਆਓਗੇ ਜਦੋਂ ਤੁਸੀਂ ਚੰਡੀਗੜ੍ਹ ਨੂੰ ਜੇ ਜਾਓਗੇ, ਜ਼ੀਰਕਪੁਰ ਨੂੰ ਜੇ ਜਾਓਗੇ, ਤਾਂ ਤੁਸੀਂ ਦੇਖੋਗੇ ਕਿ 1 ਕਿਲੋਮੀਟਰ ਤਕਰੀਬਨ ਅੱਗੇ ਇੱਕ ਬਹੁਤ ਆਲੀਸ਼ਾਨ ਟਰੋਲੀ ਖੜ੍ਹੀ ਹੋਈ ਹੈ, ਫਾਰਮਰਸ ਹੱਟ ਉੱਪਰ ਲਿਖਿਆ ਹੋਇਆ ਉਹਦੇ, ਔਰ ਜੇ ਉਹਦੀ ਸਾਈਡਾਂ ਦੇਖੋਗੇ ਤਾਂ ਉਹਦੇ 'ਤੇ ਲਿਖਿਆ ਹੋਇਆ ਨੋ ਫੂਡ, ਨੋ ਫਾਰਮਰ ਨੋ ਫੂਡ, ਜਿਹੜਾ ਇੱਕ ਸਲੋਗਨ ਲੈ ਕੇ ਚੱਲਿਆ ਸੀ ਖਾਸ ਕਰਕੇ ਫਾਰਮਰ, ਨੋ ਫਾਰਮਰ ਨੋ ਫੂਡ, ਕਿਸਾਨ ਨਹੀਂ ਅਤੇ ਖਾਣਾ ਨਹੀਂ। ਪਰ ਹੁਣ ਜਿਹੜੇ ਨੌਜਵਾਨ ਨੇ, ਜੇ ਗੱਲ ਕਰੀਏ ਪੰਜਾਬ ਦੇ ਨੌਜਵਾਨ ਲਗਾਤਾਰ ਜਿਹੜੇ ਨੇ ਉਹ ਕਹਿ ਰਹੇ ਹਾਂ ਕਿ ਬਾਹਰ ਜਾ ਰਹੇ ਨੇ, ਵਿਦੇਸ਼ਾਂ 'ਚ ਕੂਚ ਕਰ ਰਹੇ ਨੇ, ਪਰ ਨਹੀਂ, ਜਿਹੜੇ ਨੌਜਵਾਨ ਇੱਥੇ ਹੈ ਨੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਉਹ ਇੱਥੇ ਵੀ ਆਪਣਾ ਜਿਹੜਾ ਇੰਪਲੋਇਮੈਂਟ ਹੈਗੀ, ਰੋਜ਼ਗਾਰ ਦੇ ਕੋਈ ਨਾ ਕੋਈ ਤਰੀਕੇ ਢੰਗ ਕੱਢਣ। ਖਾਸ ਕਰਕੇ ਅਸੀਂ ਦੇਖਿਆ ਕਿ ਪਿਛਲੇ ਸਾਲਾਂ ਦੇ ਵਿੱਚ ਬਹੁਤ ਕੁਝ ਚੇਂਜਿਸ ਦੇਖਣ ਨੂੰ ਮਿਲੇ, ਬਦਲਾਅ ਦੇਖਣ ਨੂੰ ਮਿਲੇ, ਔਰ ਜਦੋਂ ਤੋਂ ਦਿੱਲੀ ਕੂਚ ਕੀਤਾ ਕਿਸਾਨ, ਉਹਨੇ ਨਵੇਂ ਆਈਡੀਏ ਵੀ ਜਿਹੜੇ ਆ ਉਹ ਵੀ ਲਾਉਣੇ ਸ਼ੁਰੂ ਕੀਤੇ ਨੇ, ਅਤੇ ਹੁਣ ਜਿਹੜੇ ਤਾਂ ਲੀਡਰਸ ਸੀਗੇ ਜਾਂ ਉਹ ਸੀਗੇ, ਉਹਨਾਂ ਨੇ ਤਾਂ ਹੋਰ ਤਰੀਕੇ ਦੇ ਆਈਡੀਆ ਲਾਏ, ਖੇਤੀ ਨੂੰ ਪ੍ਰੋਤਸਾਹਨ ਦੇਣ ਦੀ ਗੱਲ ਕਰਦੇ, ਸਾਰਾ ਕੁਝ ਹੈ, ਪਰ ਜਿਹੜੀ ਨੌਜਵਾਨੀ ਹੈ ਉਹ ਸੋਚ ਰਹੀ ਹੈ ਕਿ ਕਿਹੜੇ ਢੰਗ ਤਰੀਕੇ ਕੱਢੇ ਜਾਣ ਤਾਂ ਕਿ ਅਸੀਂ ਇੱਥੇ ਵੀ ਆਪਣੇ ਲਈ ਰੋਜ਼ਗਾਰ ਅਤੇ ਕੁਛ ਵਧੀਆ ਕਰ ਸਕੀਏ। ਇੱਕ ਬੜਾ ਚੰਗਾ ਉਪਰਾਲਾ ਕੀਤਾ ਜੀ ਫਾਰਮਰਸ ਹੱਟ, ਇੱਥੇ ਜਿਹੜੀ ਹੈ ਉਹ ਮੋਬਾਈਲ ਇੱਕ ਹੱਟ ਹੈਗੀ ਹੈ, ਅਸੀਂ ਉਹਦੇ ਅੰਦਰ ਬੈਠੇ ਹੋਏ ਹਾਂ, ਅਤੇ ਅਮਰਜੀਤ ਜਿਹੜੇ ਕਿ ਇਹਨੂੰ ਲੀਡ ਕਰ ਰਹੇ ਨੇ, ਦੱਸਣਗੇ, ਸਾਡੇ ਨਾਲ ਗੱਲਬਾਤ ਕਰਨਗੇ। ਅਸੀਂ ਵੀ ਇੱਥੇ ਹਜੇ ਖਾ ਕੇ ਜਾਣਾ, ਪਹਿਲੇ ਕਹਿੰਦੇ ਸੀ ਖਾ ਲਓ, ਅਸੀਂ ਕਿਹਾ ਨਹੀਂ ਜੀ, ਅਸੀਂ ਪਹਿਲੇ ਤਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ, ਬਾਅਦ 'ਚ ਖਾਵਾਂਗੇ ਤੁਹਾਡੇ ਪ੍ਰੋਡਕਟਸ। ਬਣਾ ਰਹੇ ਨੇ ਕੁਛ ਇੰਟਰਸਟਿੰਗ ਚੀਜ਼ਾਂ ਇੱਥੇ, ਤੁਸੀਂ ਇੱਥੇ ਆਓਗੇ ਤੁਹਾਡਾ ਦਿਲ ਕਰੇਗਾ, ਖੜੋ, ਦੇਖੋ ਤੁਸੀਂ ਇੱਥੇ ਕਿਸ ਤਰ੍ਹਾਂ ਦਾ ਟੇਸਟ ਹੈ। ਹਜੇ ਬਹੁਤ ਦੇਰ ਨਹੀਂ ਹੋਈ, ਕਹਿੰਦੇ ਸਾਨੂੰ ਹਫ਼ਤਾ ਭਰ ਹੋਇਆ ਸ਼ੁਰੂ ਕੀਤੇ। ਅਮਰਜੀਤ ਜੀ ਨਾਲ ਗੱਲ ਕਰਦੇ, ਸਵਾਗਤ ਹੈ ਤੁਹਾਡਾ। ਥੈਂਕ ਯੂ ਮੈਮ। ਤਿੰਨ ਦੋਸਤ ਨੇ ਜੀ, ਅਮਰਜੀਤ ਇਹਨਾਂ ਦਾ ਨਾਮ ਹੈ, ਤੁਹਾਡਾ ਨਾਮ? ਸੁਰਜੀਤ ਸਿੰਘ ਖਾਲਸਾ ਜੀ। ਖਾਲਸਾ ਜੀ। ਔਰ ਇਹ ਨੇ ਸਾਡੇ ਨਾਲ ਗੁਰਜੀਤ ਸਿੰਘ ਜੀ। ਗੁਰਜੀਤ ਸਿੰਘ, ਸੁਖਵੀਰ ਸਿੰਘ ਖਾਲਸਾ, ਗੁਰਜੀਤ ਸਿੰਘ ਅਤੇ ਅਮਰਜੀਤ, ਇਹ ਤਿੰਨ ਦੋਸਤ ਨੇ ਜਿਨ੍ਹਾਂ ਨੇ ਆਪਣੀਆਂ ਜਿਹੜੀਆਂ ਨਵੀਆਂ ਪਿਰਤਾਂ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਕੀਤੀਆਂ ਨੇ। ਤਰਹੇੜੀ ਜੱਟਾਂ ਟੋਲ ਪਲਾਜ਼ਾ ਤੋਂ 1 ਕਿਲੋਮੀਟਰ ਅੱਗੇ ਆਓ ਅਤੇ ਗੱਲਬਾਤ ਕਰੋ ਔਰ ਖਾਓ ਇਹਨਾਂ ਨਾਲ, ਇੰਟਰਸਟਿੰਗ ਹੈ ਬਹੁਤ ਜ਼ਿਆਦਾ। ਤੁਹਾਨੂੰ ਇਹ ਆਈਡੀਆ ਜਿਹਾ ਕਿਵੇਂ ਹੋਇਆ, ਮਤਲਬ ਕਿ ਡੈਫੀਨੇਟਲੀ ਜਿਵੇਂ ਮੈਂ ਕਿਹਾ ਉੱਪਰ ਤੁਸੀਂ ਫਾਰਮਰ ਹੱਟ ਪਹਿਲ ਤਾਂ ਨਾਮ ਰੱਖਿਆ, ਉੱਥੋਂ ਆਪੇ ਪਤਾ ਲੱਗਦਾ ਹੈ ਵੀ ਪਿਛੋਕੜ ਜਿਹੜਾ ਉਹ ਕਿਸਾਨੀ ਦਾ, ਉਸ ਦੇ ਨਾਲ ਫਿਰ ਤੁਸੀਂ ਖਾਸ ਤੌਰ 'ਤੇ ਲਿਖਿਆ ਕਿ ਨੋ ਫਾਰਮਰ ਨੋ ਫੂਡ,
ਉੱਥੋਂ ਵੀ ਪਤਾ ਫਿਰ ਤਸਦੀਕ ਹੋ ਗਿਆ ਕਿ ਗੱਲ ਕਿਸਾਨੀ ਦੀ ਹੈਗੀ ਹੈ। ਆਈਡੀਆ ਕਿਵੇਂ ਪੌਪ ਕੀਤਾ ਅਤੇ ਕੀ ਰੱਖਿਆ ਹੋਇਆ ਤੁਸੀਂ ਇੱਥੇ ਆਪਣਾ? ਮੈਂ ਸਨੈਕਸ ਹੀ ਰੱਖਿਆ ਸਰ, ਆਪਾਂ ਪੀਜ਼ਾ ਬਰਗਰ ਰੱਖੇ ਨੇ। ਅਤੇ ਕਿਸਾਨ ਕਹਿੰਦੇ ਦੇਸ਼ ਰੀੜ੍ਹ ਦੀ ਹੱਡੀ ਹੁੰਦੇ ਨੇ, ਉਹਦੇ ਬਿਨਾਂ ਕੋਈ ਚੀਜ਼ ਨਹੀਂ ਚੱਲਦੀ। ਖਾਸ ਕਰਕੇ ਸਾਡਾ ਪੰਜਾਬ ਕਿਸਾਨੀ ਦੀ ਰੀੜ੍ਹ ਦੀ ਹੱਡੀ ਆ, ਅਤੇ ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਵੀ ਅੱਗੇ ਲੈ ਕੇ ਜਾਣਾ ਚਾਹੁੰਦੇ ਚੀਜ਼ ਨਾਲ, ਕਿਉਂਕਿ ਸਮੇਂ ਦੀ ਨਬਜ਼ ਨਾਲ ਚੀਜ਼ਾਂ, ਚਲੋ ਖੇਤੀ ਦੇ ਵਿੱਚ ਥੋੜ੍ਹਾ ਜਿਹਾ ਨੁਕਸਾਨ ਲੋਸ ਹੁੰਦਾ ਆ ਇਨਸਾਨਾਂ ਨੂੰ, ਸਾਨੂੰ ਵੀ ਆਇਆ। ਅਤੇ ਅਸੀਂ ਆਉਣ ਵਾਲੇ ਸਮੇਂ 'ਚ ਨਬਜ਼ ਸੀਗੀ ਜੰਕ ਫੂਡ ਦੀ, ਅਤੇ ਜੰਕ ਫੂਡ ਸਾਰੇ ਹੀ ਖਾਂਦੇ ਨੇ, ਅਤੇ ਅਸੀਂ ਸੋਚਿਆ ਕਿ ਟਰੋਲੀ ਅਤੇ ਇੱਕ ਟਰੈਕਟਰ ਇੱਦਾਂ ਦੀ ਚੀਜ਼ ਅਲੱਗ ਤੋਂ ਹੀ ਹੋਵੇ ਕਿ ਕਿਤੇ ਨਾ ਹੋਵੇ, ਕਿਤੇ ਵੀ ਦੁਨੀਆ ਦੇ ਉੱਤੇ ਚਲੋ ਹੈਗੀ ਜ਼ਰੂਰ ਨੇ, ਅਸੀਂ ਥੋੜ੍ਹਾ ਹਟ ਕੇ ਕੀਤਾ ਉਹ ਤੋਂ ਕਿ ਕੁਛ ਦੇਖੇ ਦੁਨੀਆ। ਇੱਕ ਟਰੋਲੀ ਦੇ ਉੱਤੇ ਤੁਸੀਂ ਦੇਖਿਆ ਹੋਣਾ ਸਾਰਾ ਕੁਛ ਸਿਸਟਮ ਅਸੀਂ ਸੈਟਿੰਗ ਕੀਤੀ ਆ, ਅਤੇ ਅਸੀਂ ਚਾਹੁੰਦੇ ਹਾਂ ਕਿ ਕੋਈ ਮੁੰਡਾ ਵੀ ਆ ਜੋ ਵੀ ਕੁੜੀ ਵੀ ਆ ਬਾਹਰ 25-30 ਲੱਖ ਲਾ ਕੇ ਜਾਂਦੇ ਨੇ, ਅਤੇ ਇੱਕ ਟਰਾਈ ਕਰਨ ਸਾਡੇ ਪੰਜਾਬ, ਆਪਣਾ ਪੰਜਾਬ ਨਾ ਛੱਡ ਕੇ ਜਾਓ, ਕਿਉਂਕਿ ਸਾਡਾ ਪੰਜਾਬ ਤਾਂ ਬਹੁਤ ਰਿਚ ਸੀਗਾ, ਚਲੋ ਕਿਸੇ ਕਾਰਨ ਕਰਕੇ ਕੋਈ ਆ ਗਈਆਂ ਪ੍ਰੋਬਲਮਾਂ, ਜਾਣਾ ਪੈਂਦਾ ਘਰ ਬਾਹਰ ਛੱਡ ਕੇ, ਪੰਜਾਬ ਨਾ ਛੱਡੋ ਅਤੇ ਇੱਥੇ ਲਾ ਲਓ 10-12 ਲੱਖ, ਅਤੇ ਰੁਜ਼ਗਾਰ ਇੱਥੇ ਵੀ ਹੈਗਾ, ਇੱਕ ਟਰਾਈ ਤਾਂ ਕਰੋ। ਅਤੇ ਤੁਹਾਡਾ ਪਿਛੋਕੜ ਕੀ ਹੈ, ਮਾਂ ਬਾਪ ਘਰ ਬਾਰ ਕਿੱਥੋਂ ਦੇ ਰਹਿਣ ਵਾਲੇ ਹੋ, ਅਤੇ ਇਹ ਸਾਰੀ ਮੁਸ਼ਕਤ ਕਿੰਨੀ ਔਖੀ ਲੱਗ ਰਹੀ ਹੈ ਜਾਂ ਸ਼ੁਰੂਆਤ ਜਾਂ ਮਜ਼ਾ ਆ ਰਿਹਾ? ਨਹੀਂ ਮੈਂ ਕਹਿੰਦੇ ਨੇ ਜਿੰਨੀ ਕਿ ਮੁਸ਼ਕਲਾਂ ਆਉਣਗੀਆਂ, ਤੀਰ ਨੂੰ ਇੱਕ ਵਾਰੀ ਪਿੱਛੇ ਖਿੱਚਿਆ ਜਾਂਦਾ ਚੰਗੀ ਤਰ੍ਹਾਂ, ਜਦੋਂ ਉਹ ਉੱਨੀ ਅੱਗੇ ਜਾਂਦਾ। ਮੁਸ਼ਕਲਾਂ ਤਾਂ ਬਹੁਤ ਆਈਆਂ ਨੇ, ਭਰਾਵਾਂ ਵੀਰਾਂ ਨੇ ਸਾਰਿਆਂ ਰਲ ਕੇ ਬਹੁਤ ਹਾਰਡ ਵਰਕ ਕੀਤਾ ਇਹ ਤੱਕ ਪਹੁੰਚਣ ਲਈ, ਅਤੇ ਖੁਸ਼ੀ ਆ ਅਸੀਂ ਇੱਥੇ ਕਿਤੇ ਨਾ ਕਿਤੇ ਥੋੜ੍ਹੇ ਜਿਹੇ ਮੁਕਾਮ 'ਤੇ ਪਹੁੰਚੇ ਹਾਂ। ਬਾਕੀ ਵੀਰਾਂ ਭਰਾਵਾਂ ਦਾ, ਸਾਡੇ ਪੰਜਾਬੀ ਲੋਕਾਂ ਦਾ, ਭਰਾਵਾਂ ਕਿਸਾਨਾਂ ਦਾ, ਸਾਨੂੰ ਜ਼ਰੂਰ ਸਪੋਰਟ ਮਿਲੇਗਾ, ਅੱਛੀ ਚੀਜ਼ ਬਣਾਵਾਂਗੇ ਅਤੇ ਅਸੀਂ ਅੱਗੇ ਵਰਕਆਊਟ ਕਰਾਂਗੇ। ਹੋਰ ਖਾਲਸਾ ਜੀ, ਤੁਸੀਂ ਵੀ ਲੱਗੇ ਹੋਏ ਸੀ, ਮੈਂ ਦੇਖਿਆ ਬੜੇ ਸ਼ਿੱਦਤ ਦੇ ਨਾਲ ਤੁਸੀਂ ਰਸੋਈ ਦੇ ਵਿੱਚ ਪੀਜ਼ਾ ਬਣਾਉਂਦੇ ਦੇਖਿਆ, ਮੈਂ ਤੁਹਾਨੂੰ ਬਰਗਰ ਸਰਵ ਕਰਦੇ ਦੇਖਿਆ, ਅਤੇ ਤੁਹਾਨੂੰ ਸਿੱਖਿਆ ਪਹਿਲੇ ਕਿਸ ਤਰ੍ਹਾਂ, ਕਿੱਥੋਂ ਦੇ ਰਹਿਣ ਵਾਲੇ ਹੋ, ਹੈ ਤਾਂ ਦੋਸਤ ਹੋ ਤਿੰਨੋਂ ਤੁਸੀਂ, ਇਹ ਤਾਂ ਪਤਾ ਲੱਗ ਗਿਆ ਜੀ। ਮੈਂ ਪਿੰਡ ਦੁਲੜ ਤੋਂ ਨਾਲ ਹੀ ਹੈ, ਅਤੇ ਮੈਂ ਪਹਿਲਾਂ ਪ੍ਰਾਈਵੇਟ ਜੋਬ ਕਰਦਾ ਸੀਗਾ ਜੀ, ਅਤੇ ਪ੍ਰਾਈਵੇਟ ਚੰਡੀਗੜ੍ਹ 'ਚ, ਅਤੇ ਬੰਧਨ ਬੈਂਕ 'ਚ ਪ੍ਰਾਈਵੇਟ ਜੋਬ ਕਰਦਾ ਸੀਗਾ, ਅਤੇ ਪ੍ਰਾਈਵੇਟ ਜੋਬ 'ਚ ਇੱਦਾਂ ਹੁੰਦਾ ਕਿ ਪ੍ਰੈਸ਼ਰ ਰਹਿੰਦਾ, ਕੰਮ ਦਾ ਪ੍ਰੈਸ਼ਰ ਰਹਿੰਦਾ, ਅਤੇ ਹੋਰ ਜਿਹੜੇ ਦੂਸਰੇ ਹੁੰਦੇ ਨੇ ਸੀਨੀਅਰ, ਦਿਨ ਰਾਤ ਕੰਮ ਕਰਦੇ ਆ, ਠੀਕ ਹੈ, ਟੈਨਸ਼ਨ ਰਹਿੰਦੀ ਹੈ, ਅਤੇ ਫਿਰ ਵੀ ਉਨਾ ਪੂਰਾ ਨਹੀਂ ਪੜਦਾ, ਅਤੇ ਘਰ ਤੋਂ ਦੂਰ ਰਹਿਣਾ ਪੈਂਦਾ। ਇਸ ਲਈ ਅਸੀਂ ਬਾਈ ਜੀ ਨੂੰ ਮਿਲੇ, ਇਹਨਾਂ ਨਾਲ ਥੋੜ੍ਹਾ ਚੰਗਾ ਵਧੀਆ ਪ੍ਰੇਮ ਪਿਆਰ ਮਿਲਿਆ, ਅਤੇ ਇਹਨਾਂ ਨੇ ਸਹਿਯੋਗ ਦਿੱਤਾ, ਇਹਨਾਂ ਨੇ ਕੰਮ ਸਿਖਾਇਆ, ਇਹ ਉਸਤਾਦ ਨੇ ਇੱਕ ਜੀ ਸਾਡੇ ਗੁਰੂ ਨੇ, ਅਤੇ ਇਹਨਾਂ ਨੇ ਅੱਗੇ ਲੈ ਕੇ ਚੱਲੇ, ਹੁਣ ਨਾਲ ਲੈ ਕੇ ਚੱਲ ਰਹੇ ਨੇ। ਇਹ ਨਹੀਂ ਹੁੰਦਾ ਵੀ ਕੰਮ ਸਿਖਾ ਕੇ ਠੀਕ ਹੈ ਜੀ ਤੁਸੀਂ ਸਿੱਖ ਲਏ ਚਲੇ ਗਏ ਹੋਰ ਕਿਤੇ ਚਲ ਗਏ, ਪਰ ਇਹ ਕਹਿੰਦੇ ਨਹੀਂ ਆਪਾਂ ਤੁਹਾਨੂੰ ਨਾਲ ਲੈ ਕੇ ਕੰਮ ਚੱਲ ਸ਼ੁਰੂ ਕਰਾਂਗੇ। ਅਸੀਂ ਜਿੰਨੀ ਵੀ ਸਾਡੀ ਟੀਮ ਹੈ, ਹੋਰ ਵੀ ਹੈਗੇ ਨੇ, ਹੋਰ ਦੁਕਾਨਾਂ ਵੀ ਹੈਗੀਆਂ ਸਾਡੀਆਂ, ਅਤੇ ਸਾਡੀ ਹੋਰ ਵੀ ਬ੍ਰਾਂਚ ਨੇ, ਉੱਥੇ ਵੀ ਜਿੰਨੇ ਬੰਦੇ ਨਾਲ ਲੱਗ ਰਹੇ ਨੇ ਉਹਨਾਂ ਦੇ ਵੀ ਅੱਗੇ ਕੰਮ ਖੁਲਵਾਵਾਂਗੇ, ਸਭ ਨੂੰ ਨਾਲ ਲੈ ਕੇ ਚੱਲਾਂਗੇ। ਇਹ ਨਹੀਂ ਹੈਗਾ ਜੀ ਉਹਨਾਂ ਨੂੰ ਕੰਮ 'ਤੇ ਨੌਕਰ ਬਣਾ ਕੇ ਰੱਖਣਾ, ਉਹਨਾਂ ਨੂੰ ਨਾਲ ਬਰਾਬਰ ਮਾਲਕ ਲੈ ਕੇ ਚੱਲਾਂਗੇ। ਹਾਂਜੀ, ਤੁਸੀਂ ਗੁਰਜੀਤ ਜੀ, ਤੁਸੀਂ ਕਿਹਦੇ 'ਚ ਇੰਟਰਸਟ ਹੈ ਤੁਹਾਨੂੰ? ਮੈਂ ਤੁਹਾਨੂੰ ਵੀ ਦੇਖਿਆ ਬੜਾ ਆਰਾਮ ਦੇ ਨਾਲ ਤੁਸੀਂ ਚੀਜ਼ਾਂ ਬਣਾ ਵੀ ਰਹੇ ਸੀ, ਮਤਲਬ ਬਣਾਉਣ 'ਚ ਆਮ ਤੌਰ 'ਤੇ ਸਾਡੇ ਘਰਾਂ ਦੇ ਵਿੱਚ ਤਾਂ ਆਦਤ ਹੁੰਦੀ ਹੈ, ਖਾਸ ਕਰਕੇ ਪੰਜਾਬੀਆਂ ਦੇ ਤਾਂ ਘਰ ਤਾਂ ਮਾਵਾਂ ਗਲਾਸ ਨੂੰ ਹੱਥ ਨਹੀਂ ਲਾਉਣ ਦਿੰਦੀਆਂ। ਚਲੋ ਸ਼ੌਂਕ ਹੁੰਦਾ ਜੀ ਕੁਛ ਚੀਜ਼ ਦਾ, ਪਰ ਜਦੋਂ ਮੈਂ ਮਤਲਬ ਕਿ ਬ੍ਰਦਰ, ਮੈਂ ਯਾਰ ਨਹੀਂ ਕਹਿ ਸਕਦੇ, ਮੈਂ ਭਾਈਆਂ ਤੋਂ ਹੀ ਵੱਧ ਕੇ ਆਈ ਜਿਹਨੇ ਕੰਮ ਸਿਖਾਇਆ ਸਾਨੂੰ, ਮਤਲਬ ਕਿ ਸ਼ੌਂਕ ਹੀ ਪੈ ਗਿਆ ਨਾਲ ਨਾਲ ਕੰਮ ਦੀ, ਬੜਾ ਇੰਟਰਸਟ ਆਇਆ, ਬੜਾ ਹੱਲਾਸ਼ੇਰੀ ਦੇਈ ਅਮਰਜੀਤ ਬਾਈ ਨੇ ਜੀ ਸਾਨੂੰ ਬਹੁਤ ਜ਼ਿਆਦਾ, ਵੀ ਆਪਾਂ ਬਹੁਤ ਅੱਗੇ ਜਾਣਾ ਜੀ, ਬਹੁਤ ਲੰਬੀ ਸੋਚੋ ਤੁਸੀਂ, ਬਹੁਤ ਮੁਕਾਮ 'ਤੇ ਜਾਣਾ ਜੀ, ਵੀ ਮਤਲਬ ਕਿ ਦੁਨੀਆ ਤੋਂ ਅਲੱਗ ਕਰਨਾ ਜੀ ਬਹੁਤ ਕੁਛ। ਤੁਹਾਡੇ ਜਿਹੜੇ ਨਾਲ ਦੋਸਤ ਨੇ ਉਹ ਤਾਂ ਬੜੇ ਸੁਰਖਰੂ ਨੇ, ਉਹ ਕਹਿੰਦੇ ਅਮਰਜੀਤ ਬਾਈ ਨੇ ਸਾਨੂੰ ਸਿਖਾਇਆ ਤਾਂ ਸਾਨੂੰ ਬੜਾ ਉਹਨਾਂ 'ਤੇ ਮਾਣ ਹੈ ਵੀ ਉਹ ਸਾਨੂੰ ਨਾਲ ਲੈ ਕੇ ਚੱਲ ਰਹੇ ਆ। ਤੁਹਾਡੀ ਸੋਚ ਦੇ ਨਾ ਉਹ
ਮਤਲਬ ਕਿ ਇੱਕ ਤਰ੍ਹਾਂ ਦੀ ਉਹਦੀ ਸਪੋਰਟ ਕਰ ਰਹੇ, ਕਿ ਤੁਹਾਡੀ ਸੋਚ ਨੂੰ ਉਹ ਦਰਸਾ ਰਹੇ ਨੇ ਕਿ ਤੁਸੀਂ ਕਹਿੰਦੇ ਹੋ ਕਿ ਮੈਂ ਇਕੱਲੇ ਕੰਮ ਨਹੀਂ ਕਰਨਾ, ਤੁਹਾਨੂੰ ਨਾਲ ਐ ਮੁਲਾਜ਼ਮ ਬਣਾ ਕੇ ਕੰਮ ਨਹੀਂ ਕਰਾਉਣਾ, ਤੁਹਾਨੂੰ ਨਾਲ ਮੈਂ ਆਪਣੇ ਦੋਸਤ ਮਿੱਤਰ ਅਤੇ ਨਾਲ ਪਾਰਟਨਰਸ ਦੀ ਤਰ੍ਹਾਂ ਕੰਮ ਕਰਾਉਣਾ। ਦੂਜੀ ਗੱਲ ਹੈ ਕਿ ਹੋਰਾਂ ਨੂੰ ਵੀ ਅਸੀਂ ਕੰਮ ਦੇਣਾ, ਮੀਨਸ ਕਿ ਅਸੀਂ ਐਂ ਸੋਚ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਨੌਜਵਾਨੀ ਜਿਹੜੀ ਉਹ ਆਪ ਸੋਚਣ ਲੱਗ ਪਈ ਹੈ ਕਿ ਸਾਨੂੰ ਹੱਥੀਂ ਕੰਮ ਕਰਨਾ ਪਏ ਜਾਂ ਜੋ ਕੰਮ ਕਰਨਾ ਪਏ ਸਾਨੂੰ ਦੂਜਿਆਂ ਦੇ ਨਾਲ ਵੀ ਕੰਮ ਕਰਨਾ ਪਏਗਾ ਅਤੇ ਦੂਜਿਆਂ ਤੱਕ ਵੀ ਕੰਮ ਲਿਜਾਣਾ ਪਏਗਾ, ਮਤਲਬ ਨਾਲ ਲਾਉਣਾ ਪਏਗਾ ਲੋਕਾਂ ਨੂੰ। ਜੀ ਬਿਲਕੁਲ ਮੈਮ, ਤੁਸੀਂ ਸਹੀ ਕਿਹਾ। ਸਾਡੇ ਨਾ ਪੰਜਾਬ ਦੇ ਵਿੱਚ ਜ਼ਿਆਦਾਤਰ ਰੁਜ਼ਗਾਰ ਦੀ ਹੀ ਪ੍ਰੋਬਲਮ ਆ, ਅਤੇ ਅਸੀਂ ਚਾਹੁੰਦੇ ਹਾਂ ਕਿ ਜਿੰਨੀ ਕੁ ਸਾਡੀ ਹੈਸੀਅਤ ਆ, ਸਾਡੇ ਭੈਣ ਭਰਾ ਜਿੰਨੇ ਵੀ ਪੰਜਾਬ ਦੇ ਵਿੱਚ ਰਹਿਣ ਵਾਲੇ ਨੇ, ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਕਰਨਾ ਚਾਹੁੰਦੇ ਨੇ, ਅਸੀਂ ਜਿੰਨੀ ਕੁ ਸਾਡੀ ਹੈਸੀਅਤ ਅਸੀਂ ਸਪੋਰਟ ਕਰਾਂਗੇ, ਅਤੇ ਉਹ ਬਾਹਰ ਨਾ ਜਾਣ। ਵੈਸੇ ਰਿਕੁਐਸਟ ਆ ਇੱਥੇ ਰਹਿ ਕੇ ਕਿਰਤ ਕਰਨ, ਅਤੇ ਅਸੀਂ ਫੁੱਲ ਸਪੋਰਟ ਕਰਾਂਗੇ ਜਿੰਨੀ ਕੁ ਸਾਡੀ ਹੈਸੀਅਤ ਆ। ਮੈਂ ਸ਼ੁਰੂਆਤੀ ਦੌਰ 'ਚ ਮੈਂ ਦੇਖ ਰਹੀ ਹਾਂ ਕਿ ਤੁਸੀਂ ਸਾਰਾ ਜਿਹੜਾ ਲਾਈਟ ਲੂਇਟ ਦਾ ਸਾਰਾ ਸਿਸਟਮ ਕੀਤਾ, ਸੋਲਰ ਪੈਨਲਸ 'ਤੇ ਲੈ ਕੇ ਤੁਸੀਂ ਕੀਤਾ, ਹੁਣ ਈਵਨ ਏ ਸੀ ਵੀ ਚਲਾਇਆ ਤੁਸੀਂ, ਵੀ ਇਹ ਸੋਲਰ ਪੈਨਲ 'ਤੇ ਲਾ ਕੇ ਚਲਾਇਆ, ਕਿਉਂਕਿ ਸੋਲਰ ਪੈਨਲ ਦੀ ਵੀ ਧੁੱਪ ਛਾਂ ਦੀ ਐਨਰਜੀ ਦੀ ਸਾਰੀਆਂ ਚੀਜ਼ਾਂ ਹੁੰਦੀਆਂ, ਕਿਸ ਤਰੀਕੇ ਦੇ ਨਾਲ ਮੈਨੇਜ ਕੀਤਾ ਤੁਸੀਂ ਇਸ ਚੀਜ਼ ਨੂੰ? ਮੈਮ ਥੋੜ੍ਹੀ ਔਕੜਾਂ ਤਾਂ ਆ ਰਹੀਆਂ ਨੇ, ਚਲੋ ਜਦੋਂ ਨਾ ਆਪਾਂ ਭਰਾ ਵੀਰ ਆਪਣੀ ਇੱਕ ਹੋ ਚੱਲ ਜਾਂਦੇ, ਪਰਮਾਤਮਾ ਵੀ ਉੱਥੇ ਰਾਜ਼ੀ ਹੋ ਜਾਂਦਾ, ਤਾਂ ਸਭ ਤੋਂ ਪਹਿਲਾਂ ਤਾਂ ਕਹਿੰਦੇ ਪਰਮਾਤਮਾ ਦਾ ਹੀ ਸਹਾਰਾ ਸਾਨੂੰ, ਵਾਹਿਗੁਰੂ ਸਾਡੇ ਭਰਾਵਾਂ 'ਚ ਤੁਹਾਡੇ ਨਾਲ ਰਲ ਕੇ ਸਾਰੀ ਦੁਨੀਆ ਨਾਲ ਰਲ ਕੇ ਸਾਡੇ 'ਚ ਵਸਿਆ, ਅਤੇ ਉਹਨੇ ਇਹ ਕੰਸੈਪਟ ਚਲਾ ਰਿਹਾ। ਦੇਖੋ ਸਾਰਾ 3 ਦਿਨ ਹੋ ਗਏ ਸ਼ਾਇਦ, ਮੈਨੂੰ ਲੱਗਦਾ ਧੁੱਪ ਨਹੀਂ ਨਿਕਲੀ, ਫਿਰ ਵੀ ਇਹ ਸੋਲਰ ਸਿਸਟਮ ਪਤਾ ਨਹੀਂ ਕਿੱਦਾਂ ਚੱਲਦਾ ਪਿਆ, ਸਾਨੂੰ ਨਹੀਂ ਪਤਾ, ਪਰ ਤੁਹਾਡੇ ਸਾਹਮਣੇ ਏ ਸੀ ਚੱਲਦਾ ਪਿਆ, ਉਹਦੀ ਬਦੌਲਤ ਆ ਦੇਖੋ ਪਰਮਾਤਮਾ ਦੀ, ਵਾਹਿਗੁਰੂ ਦੀ ਕਿਰਪਾ ਨਾਲ ਤਾਂ ਉਹ ਇਹ ਸਿਸਟਮ ਹੋਇਆ ਜੀ। ਕਿੰਨੇ ਵਜੇ ਤੁਸੀਂ ਆਉਂਦੇ ਹੋ ਉੱਥੇ, ਅਤੇ ਇਹਦਾ ਟੈਕਨੀਕਲ ਕੀ ਹੈਗਾ, ਕੋਈ ਟੈਕਨੀਕੈਲਿਟੀ ਵੀ ਵਿੱਚ ਹੈਗੀ ਹੈ, ਤਕਨੀਕੀ ਤੌਰ 'ਤੇ ਵੀ ਕੁਛ ਹੈ, ਸਪੈਸ਼ਲ ਤਿਆਰ ਕਰਵਾਈ ਜਿਵੇਂ ਆਪਣੀਆਂ ਰਿਕੁਆਇਰਮੈਂਟ ਦੱਸੀਆਂ ਹੋਣਗੀਆਂ ਵੀ ਸਾਨੂੰ ਇੱਦਾਂ ਕਿਚਨ ਚਾਹੀਦੀ ਹੈ, ਚੀਜ਼ਾਂ ਚਾਹੀਦੀਆਂ? ਇਹ ਸਾਡੇ ਹੈਗੇ ਨੇ ਬਾਬਾ ਜੀ ਨੇ ਪਟਿਆਲੇ ਤੋਂ, ਬਹੁਤ ਨਾਈਸ ਆਦਮੀ ਨੇ, ਅਤੇ ਅਸੀਂ ਉਹਨਾਂ ਨਾਲ ਡਿਸਕਸ ਕਰਦੇ, 2 ਮਹੀਨੇ ਤੋਂ ਅਸੀਂ ਤਕਰੀਬਨ ਫਿਰਦੇ ਰਹੇ, ਪਹਿਲਾਂ ਅਸੀਂ ਬੱਸ ਲੈ ਲਈਏ, ਫਿਰ ਹੌਲੀ 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 ਚਲੋ ਸਿਆਣੇ ਕਹਿਣ ਲੱਗੇ ਆਹ ਨਹੀਂ ਚੀਜ਼ ਇੱਦਾਂ ਇੱਦਾਂ ਕਰ ਲਓ, ਫਿਰ ਇੱਕ ਟਰੋਲੀ ਦੀ ਅਸੀਂ ਕਰ ਲਿਆ, ਫਿਰ ਇੱਕ ਅਸੀਂ ਡਿਜ਼ਾਈਨ ਕਰ ਲਿਆ, ਚਲੋ ਉਹਨਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਸਾਨੂੰ, ਅਤੇ ਉਸ ਤੋਂ ਬਾਅਦ ਅਸੀਂ ਕਿਹਾ ਕਿ ਏ ਸੀ ਲਾ ਕੇ ਆਪਾਂ ਕੂਲਿੰਗ ਰੱਖਣੀ ਹੈ, ਉਹਨਾਂ ਨੇ ਬੜੇ ਬਰੀਕੀ ਨਾਲ ਸਾਰੀ ਚੀਜ਼ਾਂ ਦਾ ਕੰਮ ਕੀਤਾ, ਮੈਂ ਬਹੁਤ ਤਰੀਕੇ ਨਾਲ ਬਰੀਕੀ ਦੇ ਨਾਲ। ਬੇਸਿਕਲੀ ਟਰੋਲੀ ਹੈ ਜਿਹੜੀ ਹੈਗੀ ਉੱਥੇ, ਅਸੀਂ ਟਰਾਲੀ 'ਚ ਬੈਠੇ ਹਾਂ। ਅੱਛਾ ਅੱਛਾ, ਜਿਵੇਂ ਕਿਸਾਨਾਂ ਨੇ ਟਰਾਲੀਆਂ ਨੂੰ ਘਰ ਤਬਦੀਲ ਕਰ ਲਏ ਸੀ ਤੁਰਦੇ ਫਿਰਦੇ ਘਰ, ਇਹ ਟਰੋਲੀ ਹੈ ਉਸ ਤਰੀਕੇ ਦੇ ਨਾਲ, ਤੁਹਾਨੂੰ ਵੀ ਪਤਾ, ਕੁਛ ਕਹਿਣਾ ਚਾਹੁੰਦੇ ਹੋ ਤੁਸੀਂ? ਟਰੋਲੀ ਹੈ ਇੱਕ ਤਰ੍ਹਾਂ ਦੀ, ਐਕਚੁਅਲੀ ਮੈਮ ਇਹ ਨਾ ਜਿਹੜੀ ਚਾਸੀ ਹੇਠਲੀ ਇਹ ਟਰੱਕ ਦੀ, ਇਸ ਟਰੱਕ ਦੀ ਆ, ਇਸ ਟਾਈਮ ਟਰੋਲੀ ਦੇ ਰੂਪ 'ਚ ਆ ਇਹ ਜੀ। ਉਹ ਬ੍ਰਦਰ ਇਹੀ ਗੱਲ ਕਹਿਣਾ, ਜੇ ਚਾਸੀ ਹੇਠਲੀ ਉਹਦੀ ਐਚ ਟਰੱਕ ਦੀ ਆ, ਉੱਥੇ ਟਰੋਲੀ ਦਾ ਰੂਪ ਆ ਜੀ ਇਹ। ਮਤਲਬ ਤਕਨੀਕੀ ਤੌਰ 'ਤੇ ਇਸ ਤਰੀਕੇ ਦੇ ਨਾਲ ਹੈਗਾ, ਅਤੇ ਇਹਦੇ 'ਚ ਤੁਹਾਡੇ ਜੋ ਤੁਸੀਂ ਹਫ਼ਤਾ ਕੁ ਹੋਇਆ, ਜਿਵੇਂ ਤੁਸੀਂ ਕਹਿ ਰਹੇ ਹੋ ਜੀ ਹਫ਼ਤਾ ਕੀ ਹੋਇਆ ਸਾਨੂੰ ਸ਼ੁਰੂਆਤ ਕੀਤੇ, ਕਿੱਦਾਂ ਲੋਕਾਂ ਦਾ ਵਿਜ਼ਿਟ ਅਤੇ ਲੋਕਾਂ ਦਾ ਰਿਸਪੋਂਸ ਕਿਵੇਂ ਰਹਿੰਦਾ, ਜਿਹੜੇ ਲੋਕ ਆਉਂਦੇ ਕਿਵੇਂ ਕਿਵੇਂ ਦੇ ਆਉਂਦੇ ਜਾਂਦੇ ਇੱਥੇ, ਜਿਹੜੇ ਹੁੰਦੇ ਰੁਕਦੇ ਨੇ ਵਿਦਿਆਰਥੀ ਹੁੰਦੇ ਨੇ, ਮੈਂ ਦੇਖ ਰਹੀ ਸੀ ਥੋੜ੍ਹੀ ਦੇਰ ਪਹਿਲੇ ਨਾਲ ਦੇ ਪਿੰਡਾਂ 'ਚੋਂ ਵੀ ਲੋਕ ਆ ਰਹੇ ਨੇ, ਉਹਨਾਂ ਨੂੰ ਵੀ ਇੰਟਰਸਟ ਹੋ ਰਿਹਾ। ਹਾਂਜੀ ਮੈਮ, ਇਹ ਬਹੁਤ ਅਲੱਗ ਚੀਜ਼ ਦੇਖਦੇ ਨੇ, ਇੱਕ ਤਾਂ ਦੇਖੋ ਇੱਕ ਕੁਆਲਿਟੀ ਹੁੰਦੀ ਹੈ ਹਰ ਚੀਜ਼ ਦੀ, ਦੇਖੋ ਹਰ ਚੀਜ਼ ਜਿੰਨਾ ਮਰਜ਼ੀ ਹੀ ਆਪਾਂ ਸਜਾਵਟ ਕਰ ਜਾਈਏ, ਜੇ ਕੁਆਲਿਟੀ ਅੱਛੀ ਨਹੀਂ ਤਾਂ ਵਿਕੇਗੀ ਨਹੀਂ। ਜੇ ਕਿਸਾਨ ਦੇ ਪੁੱਤ ਦੇ ਹੋਣ ਦੇ ਨਾਤੇ ਇਹ ਕਿ ਅੱਛੀ ਤੋਂ ਅੱਛੀ ਚੀਜ਼ ਦਈਏ ਅਸੀਂ ਜੀ। ਸਵੇਰੇ ਕਿੰਨੇ ਵਜੇ ਖੜ੍ਹੇ ਹੋ? 11 ਵਜੇ ਮੈਮ ਸਵੇਰੇ ਅਸੀਂ ਤਕਰੀਬਨ, ਟਾਈਮ ਤਾਂ 2 ਵਜੇ ਦਿੱਤਾ ਹੋਇਆ, ਪਰ ਅਸੀਂ 10-11 ਵਜੇ ਜੇ ਓਪਨ ਕਰਦੇ ਹਾਂ ਅਤੇ ਸਫਾਈ ਸਟਾਰਟ ਕਰਨ ਨਾਲ ਦੀ ਨਾਲ ਕਸਟਮਰ ਆਉਣਾ ਸਟਾਰਟ ਹੋ ਜਾਂਦਾ, ਅਤੇ ਕਸਟਮਰ ਕਹਿੰਦੇ ਰੱਬ ਦਾ ਰੂਪ ਹੁੰਦਾ, ਖਾਲੀ ਨਹੀਂ ਮੋੜੀਦਾ, ਅਤੇ ਅਸੀਂ ਫਿਰ ਸਟਾਰਟ ਕਰ ਦਿੰਦੇ ਹਾਂ ਨਾਲ ਦੀ ਨਾਲ, ਖਾਲੀ ਨਹੀਂ ਕਿਸੇ ਨੂੰ ਮੋੜਦੇ। 11 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਰਹਿੰਦੇ ਜੇ ਇਸ 'ਤੇ ਜੀ।
ਤੇ ਕਿੱਦਾਂ ਕਿੱਦਾਂ ਦੇ ਲੋਕ ਤੁਹਾਡੇ ਕੋਲ ਹਜੇ ਤੱਕ ਆ ਚੁੱਕੇ? ਕਿਸੇ ਨੇ ਕੁਛ ਤੁਹਾਨੂੰ ਮਤਲਬ ਇੰਟਰਸਟਿੰਗ ਕੋਈ ਗੱਲਾਂ ਵੀ ਕਹੀਆਂ, ਜਿਵੇਂ ਕੋਈ ਆਉਂਦੇ ਜਾਂਦੇ ਰੁਕ ਜਾਂਦੇ ਆ ਲੋਕ, ਜਾਂ ਕੋਈ ਇਸ ਤਰ੍ਹਾਂ ਗੱਲਬਾਤ ਕਹਿੰਦੇ ਆ ਵੀ, ਜਾਂ ਪੁੱਛਦੇ ਕਿਉਰੀਓਸਿਟੀ ਨਾਲ ਬਾਈ ਇਹ ਕਿਵੇਂ ਬਣਾਇਆ? ਖਾਂਦੇ ਤਾਂ ਚਲੋ ਹੈ ਹੀ ਹੈ, ਜਿਹੜੀ ਚੀਜ਼ ਪ੍ਰੋਡਕਟ ਖਾਣੀ ਹੁੰਦੀ ਹੈ, ਪਰ ਕਈ ਵਾਰੀ ਇੰਟਰਸਟਿੰਗ ਲੋਕਾਂ ਨੂੰ ਚੀਜ਼ ਇੰਟਰਸਟਿੰਗ ਲੱਗਦੀ ਨਾ, ਪੁੱਛਦੇ ਜ਼ਰੂਰ ਹੈ। ਔਰ ਵੱਖ ਜਿਹਾ ਕੋਨਸੈਪਟ ਤਾਂ ਸਾਡੇ ਜਿਹੜੇ ਖਾਸ ਕਰਕੇ ਸਾਡੇ ਪੰਜਾਬੀ ਨੇ ਜਾਂ ਕੋਈ ਵੀ ਇਨਸਾਨ ਦੀ ਫਿਤਰਤ ਹੈ ਕਿ ਕੋਈ ਵੱਖ ਚੀਜ਼ ਹੋਏਗੀ ਉਹਦੇ ਵੱਲ ਉਹਨੇ ਖਿੱਚਿਆ ਜਾਣਾ। ਬਿਲਕੁਲ ਮੈਮ, ਬਹੁਤ ਦੁਨੀਆ ਬਾਹਰ ਤੋਂ ਵੀ ਆਉਂਦੀ ਆ, ਮਾਝੇ ਇਲਾਕੇ ਤੋਂ ਵੀ ਆਉਂਦੇ, ਦੂਰੋਂ ਦੂਰੋਂ ਦੁਨੀਆ ਆਉਂਦੀ ਹੈ, ਅਤੇ ਉਹ ਬੜੀ ਹੱਲਾਸ਼ੇਰੀ ਦਿੰਦੇ, ਪਰ ਆਹ ਬਹੁਤ ਸੋਹਣੀ ਚੀਜ਼ ਬਣਾਈ ਆ ਤੁਸੀਂ, ਅਤੇ ਤੁਹਾਡਾ ਟੈਸਟ ਵੀ ਬਹੁਤ ਵਧੀਆ, ਅਤੇ ਇੱਦਾਂ ਹੀ ਖਿੱਚੀ ਰੱਖੋ ਕੰਮ, ਕਹਿੰਦੇ ਚੱਲੇਗਾ ਜ਼ਰੂਰ, ਹੌਲੀ 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 ਪਰਮਾਤਮਾ ਜ਼ਰੂਰ ਬਾਂਹ ਫੜੇਗਾ। ਸਾਰੀ ਹੀ ਤਾਰੀਫ ਕਰ ਰਹੇ ਨੇ ਹਾਲ ਦੀ ਘੜੀ, ਬਾਕੀ ਕੁਆਲਿਟੀ ਅੱਛੀ ਹੋਣੀ ਚਾਹੀਦੀ, ਸਾਰੀ ਗੱਲਾਂ ਸਾਰੀ ਨਿਬੜ ਜਾਂਦੀ ਕਿ ਕੁਆਲਿਟੀ ਅੱਛੀ ਰੱਖੋ, ਬਸ ਸਿਹਤ ਨਾਲ ਖਿਲਵਾੜ ਨਾ ਕਰੋ ਕਿਸੇ ਵੀ। ਜੀ ਮੈਮ, ਤੁਸੀਂ ਕਿਚਨ 'ਚ ਕੀ ਕੀ ਰੱਖਿਆ ਹੋਇਆ? ਕਾਫੀ ਸਾਰੀਆਂ ਤੁਹਾਡੇ ਕਿਚਨ 'ਚ ਵੀ ਮੈਂ ਦੇਖ ਰਹੀ ਹਾਂ ਕਿ ਕਿਚਨ ਵੀ ਇੱਕ ਪਰਟੀਕੁਲਰ ਤਰੀਕੇ ਨਾਲ ਕਿਉਂਕਿ ਬਣਾਉਣੀ ਪੈਂਦੀ, ਜਿੱਦਾਂ ਤੁਸੀਂ ਚੀਜ਼ਾਂ ਰੱਖੀਆਂ ਉਹਦੇ ਲਈ ਤੁਹਾਨੂੰ ਫ੍ਰੀਜ਼ਰ ਦੀ ਵੀ ਲੋੜ ਹੈ, ਹੋਰ ਵੀ ਬਹੁਤ ਸਾਰੀਆਂ, ਕੀ ਚੀਜ਼ਾਂ ਰੱਖੀਆਂ ਹੋਈਆਂ? ਕਿਉਂਕਿ ਜਿਹੜਾ ਤੁਸੀਂ ਸਨੈਕਸ ਦਾ ਕੋਨਸੈਪਟ ਕਰ ਰਹੇ ਹੋ ਉਹਦੇ ਲਈ ਤਵੇ, ਉਹਦੇ ਲਈ ਮੇਰੇ ਖਿਆਲ ਕੁਕਿੰਗ ਦਾ ਅਰੇਂਜਮੈਂਟ ਵੀ ਡਿਫਰੈਂਟ ਹੁੰਦਾ ਹੈ ਸਾਰਾ। ਮੈਮ, ਆਪਣੇ ਕਿਚਨ ਦੇ ਵਿੱਚ ਨਾ ਇੱਕ ਪੀਜ਼ਾ ਓਵਨ ਹੈਗਾ, ਗ੍ਰਿਲਰ ਪਿਆ, ਫ੍ਰੀਜ਼ਰ ਪਏ ਨੇ ਉਹਦੇ 'ਚ, ਹੁੱਡ ਲੱਗੀ ਹੋਈ ਹੈ, ਪਾਣੀ ਦਾ ਸਿਸਟਮ ਸਾਰਾ ਹੈਗਾ, ਅਤੇ ਵਰਕਿੰਗ ਟੇਬਲ ਲੱਗਿਆ ਹੋਇਆ ਮੈਮ ਉਹਦੇ ਵਿੱਚ। ਅਤੇ ਐਕਚੁਲੀ ਥੋੜ੍ਹਾ ਜਿਹਾ ਨਵੇਂ ਕੰਮ ਕਰਕੇ ਸਾਨੂੰ ਪਲੇਸ ਸੈਟਿੰਗ ਨਹੀਂ ਆ ਰਹੀ ਅੰਦਰ, ਤੁਸੀਂ ਦੇਖਿਆ ਹੋਣਾ ਥੋੜ੍ਹਾ ਜਿਹਾ ਕੰਮ ਦੇ ਵਿੱਚ ਖਲਾਰਾ ਸਾਡਾ ਪਿਆ ਹੋਇਆ, ਅਤੇ ਪਲੇਸ ਉਹ ਸਹੀ ਨਹੀਂ ਬਣ ਰਹੀ, ਹਾਲੇ ਸੈਟਿੰਗ ਆਉਣ 'ਚ ਥੋੜ੍ਹਾ ਸਮਾਂ ਲੱਗੇਗਾ। ਜੀ, ਕਿੰਨੇ ਬਾਈ ਕਿੰਨੇ ਦੀ ਬਣਵਾਈ ਹੈ ਕਿਚਨ ਤੁਸੀਂ? ਕਿਚਨ ਜੀ 12x7 ਦੀ ਹੈ ਜੀ। ਬਿਲਕੁਲ ਜੀ, ਬਹੁਤ ਜੀ, ਸਾਰੇ ਜਣੇ ਰਲ ਕੇ ਬਹੁਤ ਬਰੀਕੀ ਨਾਲ, ਤਕਨੀਕੀ ਚੀਜ਼ਾਂ ਨਾਲ, ਇਕੱਲੀ ਇਕੱਲੀ ਚੀਜ਼ ਦਾ ਉਹਨਾਂ ਨੇ ਸਾਈਜ਼ ਲੈ ਕੇ ਚੀਜ਼ਾਂ ਤਿਆਰ ਕੀਤੀਆਂ ਬਾਬਾ ਜੀ ਨੇ, ਬਹੁਤ ਤਰੀਕੇ ਨਾਲ ਬਰੀਕੀ ਨਾਲ ਕੰਮ ਕਰਿਆ। ਹਾਈਵੇ 'ਤੇ ਇਸ ਜਗ੍ਹਾ 'ਤੇ ਤੁਸੀਂ ਕਿਵੇਂ ਸੋਚਿਆ ਵੀ ਹਾਈਵੇ ਇਸ ਜਗ੍ਹਾ, ਇਹ ਪਰਟੀਕੁਲਰ ਜਗ੍ਹਾ ਕਿਵੇਂ ਚੁਣੀ ਤੁਸੀਂ? ਹਾਂਜੀ ਮੈਮ, ਇੱਕ ਇੱਕ ਢਾਂਚਾ ਬਹੁਤ ਵੱਡਾ ਜੀ ਆਪਣਾ, ਇਹ ਓਨ ਸਿਟੀ ਤਾਂ ਲੱਗ ਨਹੀਂ ਸਕਦਾ ਸੀ ਕਿਤੇ ਵੀ, ਕਿਉਂਕਿ ਇਹਨੂੰ ਮੁੜਨਾ ਤੁੜਨਾ ਕਿਤੇ ਵੀ ਤੁਰਨਾ ਇਹਨੂੰ ਬਹੁਤ ਸਮਾਂ ਲੱਗਦਾ ਸੀ, ਕਿਉਂਕਿ ਟ੍ਰੈਫਿਕ ਨਾ ਰੁਕੇ ਸੀ, ਕਿਸੇ ਨੂੰ ਵੀ ਮੁਸ਼ਕਲ ਨਹੀਂ ਆਉਣ ਦੇਣਾ ਚਾਹੁੰਦੇ, ਕਿ ਇਸ ਲਈ ਅਸੀਂ ਚੂਜ਼ ਕੀਤਾ ਕਿ ਹਾਂ ਇੱਥੇ ਹਾਈਵੇ 'ਤੇ ਖੁੱਲ੍ਹੀ ਜਗ੍ਹਾ 'ਤੇ ਲੱਗੇ, ਇੱਕ ਲੋਕਾਂ ਨੂੰ ਦਿਖੇਗੇ, ਦੇਖਣ ਨਾਲ ਹੀ ਕੁਛ ਚੀਜ਼ ਬਣਦੀ ਹੁੰਦੀ ਹੈ ਜੀ। ਜੀ, ਤੁਸੀਂ ਇਸੇ ਪਰਟੀਕੁਲਰ ਜਗ੍ਹਾ 'ਤੇ ਖੜ੍ਹੇ ਰਹਿਣਾ ਚਾਹੋਗੇ ਕਿ ਮੂਵ ਵੀ ਕਰੋਗੇ, ਕਿਉਂਕਿ ਹੈ ਤਾਂ ਮੂਵਿੰਗ ਤਾਂ ਹੈ ਹੀ ਹੈ, ਕਿ ਤੁਸੀਂ ਅੱਗੇ ਪਿੱਛੇ ਵੀ ਲੱਗੇ ਕਿ ਇਹ ਪਰਟੀਕੁਲਰ ਇਹੀ ਜਗ੍ਹਾ ਚੂਜ਼ ਕਰ ਲਈ ਹੈ? ਇਹੀ ਜਗ੍ਹਾ ਸਾਨੂੰ ਅੱਛੀ ਲੱਗੀ, ਅਸੀਂ ਇੱਥੇ ਹੀ ਰਵਾਂਗੇ ਮੈਮ। ਜੀ, ਤੁਸੀਂ ਦੇਖੋ ਜੀ, ਤੁਹਾਨੂੰ ਖਾਸ ਤੌਰ 'ਤੇ ਦੱਸ ਰਿਹਾ ਕਿ ਤਰਹੇੜੀ ਜੱਟਾਂ ਜਿਹੜਾ ਇੱਥੇ ਹੈਗਾ ਟੋਲ ਪਲਾਜ਼ਾ, ਉਸ ਤੋਂ 1 ਕਿਲੋਮੀਟਰ ਅੱਗੇ ਤੁਸੀਂ ਆ ਕੇ ਜੇ ਚਾਹੋ ਤਾਂ ਖਾ ਸਕਦੇ ਹੋ। ਮੀਨੂ ਬਾਰੇ ਗੱਲ ਕਰਦੇ ਹਾਂ, ਕਿਉਂਕਿ ਆਪਾਂ ਤਾਂ ਤਕਨੀਕ ਦੀ ਗੱਲ ਕਰ ਲਈ, ਅਸੀਂ ਇਹ ਗੱਲ ਕਰ ਲਈ ਕਿ ਟਰੋਲੀ ਹੈ ਜਾਂ ਕਿਸ 'ਤੇ ਬਣਾਇਆ, ਉਹਨਾਂ ਨੇ ਦੱਸਿਆ ਸਾਰਾ, ਔਰ ਬਾਕੀ ਟੈਕਨੀਕੈਲਿਟੀਜ਼ ਦੀ ਤਾਂ ਗੱਲ ਕਰ ਲਈ, ਪਰ ਖਾਣਾ ਕੀ ਇੱਥੇ ਉਹ ਤਾਂ ਪਤਾ ਲੱਗੇ ਕਿ ਤੁਸੀਂ ਕੀ ਚੀਜ਼ਾਂ ਖਾਣਾ ਹੋਗੇ ਔਰ ਇਹ ਕਿਵੇਂ ਬਣਾਉਂਦੇ ਨੇ, ਔਰ ਇਹਨਾਂ ਨੇ ਆਪਸ 'ਚ ਟ੍ਰੇਨਿੰਗ ਕਿਵੇਂ ਲਿੱਤੀ ਜਾਂ ਕਿਵੇਂ ਇੱਥੇ ਤੱਕ ਪੁੱਜੇ ਨੇ, ਕਿਉਂਕਿ ਪੰਜਾਬੀ ਨੇ, ਤੁਸੀਂ ਇਹਨੂੰ ਦੇਖ ਪਾ ਰਹੇ ਹੋ ਜਿਸ ਤਰੀਕੇ ਦੇ ਨਾਲ ਇਹਨਾਂ ਦਾ ਪਹਿਰਾਵਾ, ਇਹਨਾਂ ਦਾ ਜਿਹੜਾ ਆਪਣਾ ਇੱਕ ਰਹਿਣਾ ਪਹਿਣਾ ਹੈਗਾ ਉਹ ਸਾਰਾ, ਪਰ ਉਸ ਦੇ ਨਾਲ ਨਾਲ ਬਣਾ ਰਹੇ ਨੇ ਡਿਫਰੈਂਟ ਕੋਨਸੈਪਟ ਦੀਆਂ ਚੀਜ਼ਾਂ। ਜੇ ਪੀਜ਼ਾ ਦੀ ਗੱਲ ਕਰ ਲਈਏ ਕਿਉਂਕਿ ਪੀਜ਼ਾ ਅਤੇ ਬਰਗਰ ਤਾਂ ਅਸੀਂ ਬਣਦੇ ਦੇਖਿਆ, ਉਹਦੇ ਇਲਾਵਾ ਕੀ ਮੈਨੂੰ ਉਹਨਾਂ ਤੋਂ ਪੁੱਛਦੇ ਆ। ਅਮਰਜੀਤ ਜੀ, ਕੀ ਮੈਨੂੰ ਰੱਖਿਆ ਤੁਸੀਂ? ਮੈਮ, ਆਪਣੇ ਕੋਲ ਬਰਗਰ ਹੁੰਦੇ, ਸਪਰਿੰਗ ਰੋਲ, ਸੈਂਡਵਿਚ, ਪੀਜ਼ਾ, ਆਲੂ ਫਿੰਗਰ ਚਾਪ ਅਤੇ ਮੋਮੋਜ਼ ਹੁੰਦੇ ਨੇ ਮੈਮ। ਅੱਛਾ ਜੀ, ਜੀ ਹਾਂਜੀ, ਸ਼ੁਰੂਆਤੀ ਤੌਰ 'ਤੇ ਮਤਲਬ 6-7 ਆਈਟਮਸ ਤੁਸੀਂ ਰੱਖੀਆਂ, ਜਿਵੇਂ ਚੀਜ਼ ਬਰਗ ਹੋ ਗਿਆ ਜੀ, ਕਰੰਚੀ ਬਰਗ ਹੋ ਗਿਆ, ਕਿ ਜ਼ਿਆਦਾਤਰ ਹੀ ਜ਼ਿਆਦਾ ਬੱਚੇ ਬੰਦਿਆਂ ਨੂੰ, ਹਰ ਇਨਸਾਨ ਨੂੰ ਇਹ ਪਸੰਦ ਆ ਰਹੇ ਨੇ, ਅਤੇ ਪੀਜ਼ੇ ਤਾਂ ਹਰ ਬੰਦੇ ਦੀ ਜਾਨ ਆ ਜੀ, ਹਰ ਬੰਦਾ ਖਾ ਕੇ ਰਾਜ਼ੀ ਆ ਉਸ ਚੀਜ਼ ਨੂੰ, ਅਤੇ ਰਿਸਪੋਂਸ ਅੱਛਾ ਹਰ ਚੀਜ਼, ਅਤੇ ਸਾਡੀ ਸਪੈਸ਼ਲੀ ਸੋਇਆ ਚਾਪ ਜੀ, ਹਾਂਜੀ, ਜਿਹਦੇ ਨਾਲ ਅਸੀਂ ਥੋੜ੍ਹੇ ਜਿਹੇ ਇਲਾਕੇ 'ਚ ਲਾ ਲਓ ਜਾਂ ਸਾਨੂੰ ਲੱਗਦਾ ਅਸੀਂ ਸਭ ਤੋਂ ਅਲੱਗ ਬਣਾ ਸਕਦੇ ਹਾਂ। ਹਾਂ, ਅਸੀਂ ਹਰ ਬੰਦੇ ਨੂੰ ਚਾਹੁੰਦੇ ਕਿ ਟਰਾਈ ਕਰੋ, ਇੱਕ ਸੋਇਆ ਚਾਪ ਸਾਡੇ ਤੋਂ ਟਰਾਈ ਕਰੋ ਜੀ।
ਜਿੱਥੋਂ ਤੱਕ ਗੱਲ ਕਰੀਏ ਤੁਹਾਡੀ ਸੋਚ ਆਪਦੀ ਤਾਂ ਤੁਸੀਂ ਗੱਲ ਕਰ ਰਹੇ, ਪਰ ਸਿੱਖਿਆ ਕਿੱਥੋਂ ਹੈ ਸਾਰੀਆਂ ਚੀਜ਼ਾਂ? ਕਿਉਂਕਿ ਆਮ ਤੌਰ 'ਤੇ ਜਿਸ ਤਰੀਕੇ ਦੇ ਨਾਲ ਇੱਕ ਕੌਨਸੈਪਟ ਹੈ ਸਿੱਖਣੀ ਪੈਂਦੀ, ਕਿਉਂਕਿ ਇਹ ਆਮ ਦਾਲ ਰੋਟੀ ਵਰਗੀ ਚੀਜ਼ ਤਾਂ ਨਹੀਂ ਹੈਗੀ। ਜਿਹੜੀ ਦਾਲ ਜਾਂ ਰੋਟੀ ਹੋਵੇ ਜਿਵੇਂ, ਉਸ ਤਾਂ ਬੰਦਾ ਆਰਾਮ ਨਾਲ ਚਲੋ ਮਾੜਾ ਮੋਟੀ ਸਿੱਖ ਕੇ ਵੀ ਬੰਦਾ ਕਰ ਲੈਂਦਾ, ਪਰ ਇਹਦੇ ਲਈ ਹਰ ਚੀਜ਼ ਦਾ ਟੇਸਟ, ਫਲੇਵਰ, ਸਪੈਸ਼ਲਿਟੀ ਚਾਹੀਦੀ ਹੈ। ਐਕਚੁਅਲੀ ਮੇਰੇ ਮੰਮਾ ਕੰਮ ਕਰਦੇ ਸੀਗੇ, ਮੈਂ ਕਿਚਨ 'ਚ ਸ਼ੁਰੂਆਤ ਤੋਂ ਹੀ ਉਹਨਾਂ ਨਾਲ ਮੈਂ ਕੰਮ ਕਰਦਾ ਰਿਹਾ, ਅਤੇ ਹੌਲੀ 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 ਇਹ ਚੀਜ਼ ਦੇ ਕਿ ਆਦਤ ਪੈ ਗਈ ਕਿ ਇਹ ਚੀਜ਼ ਕਰਨੀ, ਕੁਕਿੰਗ ਕਰਨੀ ਆ ਆਪਾਂ ਨੇ। ਅਤੇ ਸਾਰੇ ਕਹਿੰਦੇ ਸੀ ਜੋਬ ਲੱਭ ਲਾ, ਆਹ ਕਰ ਲਾ, ਅਤੇ ਮੈਂ ਕਿਹਾ ਯਾਰ ਆਪਣਾ ਕੰਮ ਕਰਨਾ ਆਪਾਂ ਨੇ, ਫਿਰ ਇਹ ਕਿਚਨ ਦਾ ਸਟਾਰਟ ਕੀਤਾ ਜੀ। ਅਤੇ ਹੌਲੀ 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 ਕਹਿੰਦੇ ਹੀਰਾ ਨਿਖਰਦਾ ਨਿਖਰਦਾ ਨਿਖਰਦਾ, ਹੌਲੀ ਹੌਲੀ ਕੋਈ ਵੀ ਇੱਟ ਪੱਕਣ ਨੂੰ ਸਮਾਂ ਲੈਂਦੀ ਮੈਮ, ਅਤੇ ਆਪਣੇ ਆਪ 'ਚ ਥੋੜ੍ਹੀ ਜਿਹੀ ਕਿਤੇ ਨਾ ਕੋਈ ਚੀਜ਼ਾਂ ਮਿਲੀਆਂ ਨੇ, ਸਿੱਖਣ ਨੂੰ ਮਿਲੀਆਂ ਅਤੇ ਸਿਖਾਉਣ ਨੂੰ ਵੀ ਮਿਲੀਆਂ। ਬਹੁਤ ਕੁਛ ਹਰ ਬੰਦਾ ਸਿਖਾਉਂਦਾ ਹਰ ਸਮੇਂ ਹਰ ਸੈਕਿੰਡ, ਸਿੱਖਣ ਵਾਲੇ ਇਨਸਾਨ ਦੀ ਨੀਤ ਸਿੱਧੀ ਹੋਣੀ ਚਾਹੀਦੀ ਹੈ। ਦੋਸਤ ਨੇ ਇਹਨਾਂ ਦੀ ਹੱਟ 'ਚ ਆਓਗੇ ਜਦੋਂ ਫਾਰਮ ਹੱਟ 'ਚ, ਦੇਖੋ ਕਿੰਨੇ ਵਧੀਆ ਟੇਬਲਸ ਲੱਗੇ ਹੋਏ ਨੇ, ਅਸੀਂ ਬੈਠੇ ਹਾਂ ਇੱਥੇ, ਅਤੇ ਨਾਲੇ ਇੱਕ ਹੋਰ ਬੜੀ ਪਿਆਰੀ ਚੀਜ਼ ਦਿਖਾ ਰਹੇ ਸੀ, ਆਹ ਦੇਖੋ ਜੀ ਸਾਲਟ ਦਾ ਅਤੇ ਪੈਪਰ ਦਾ ਕਿੰਨਾ ਵਧੀਆ ਇਹਨਾਂ ਨੇ ਇੱਕ ਕੈਪਟਨ ਕੁੱਕ ਸਟਾਈਲ ਦੇ ਡਿਫਰੈਂਟ ਡਿਫਰੈਂਟ ਚੀਜ਼ਾਂ ਰੱਖੀਆਂ ਹੋਈਆਂ ਨੇ। ਔਰ ਉਸ ਤੋਂ ਜ਼ਿਆਦਾ ਵਧੀਆ ਚੀਜ਼ ਇਹਦੇ ਨਾਲ ਨਾਲ ਤੁਹਾਨੂੰ ਹੋਰ ਦਿਖਾਵਾਂਗੇ, ਉਹ ਹੈਗਾ ਤੁਸੀਂ ਉੱਪਰ ਵੱਲ ਦੇਖੋ ਤਾਂ ਤੁਹਾਨੂੰ ਮਿਊਜ਼ਿਕ ਵੀ ਮਿਲੇਗਾ, ਪੂਰੀ ਰੈਸਟੋਰੈਂਟ ਵਾਲੀ ਫੀਲਿੰਗ ਮਿਲੇਗੀ। ਇਹ ਨਹੀਂ ਹੈ ਕਿ ਤੁਹਾਨੂੰ ਇਕੱਲਾ ਇੱਥੇ ਆਓਗੇ ਖਾ ਰਹੇ ਹੋ ਬਾਹਰ ਖੜ੍ਹੇ ਹੋ ਅਤੇ ਬੋਰਿੰਗ ਬੋਰਿੰਗ ਕੰਮ ਹੈ, ਨਹੀਂ ਤੁਹਾਨੂੰ ਇੱਥੇ ਮਿਊਜ਼ਿਕ ਵੀ ਮਿਲੇਗਾ। ਔਰ ਜਦੋਂ ਮੈਂ ਆਈ ਸੀਗੀ ਤਾਂ ਉਦੋਂ ਵੀ ਡਿਫਰੈਂਟ ਤਰ੍ਹਾਂ ਦਾ ਮਤਲਬ ਹਲਕਾ ਹਲਕਾ ਪੰਜਾਬੀ ਮਿਊਜ਼ਿਕ ਵੀ ਲੱਗਿਆ ਹੋਇਆ ਸੀਗਾ ਨਾਲ ਦੀ ਨਾਲ, ਵਿੱਚ ਵਿੱਚ ਗੁਰਬਾਣੀ ਵੀ ਲਾਉਂਦੇ ਨੇ, ਅਤੇ ਵਧੀਆ ਤਰੀਕੇ ਦੇ ਨਾਲ ਥੋੜ੍ਹਾ ਹਲਕਾ ਹਲਕਾ ਐਂਟਰਟੇਨਮੈਂਟ ਵੀ ਹੋਏਗਾ ਅਤੇ ਨਾਲ ਹੀ ਤੁਹਾਨੂੰ ਸਵਾਦ ਸਵਾਦ ਖਾਣੇ ਵੀ ਮਿਲਣਗੇ। ਨੋ ਫਾਰਮਰ ਨੋ ਫੂਡ ਦਾ ਕੋਨਸੈਪਟ ਲੈ ਕੇ ਚੱਲੇ ਹੈ ਇਹ ਤਿੰਨੋਂ ਦੋਸਤ, ਅਤੇ ਹੋਰ ਵੀ ਗੱਲਾਂ ਕਰਦੇ ਹਾਂ ਛੋਟੀਆਂ ਛੋਟੀਆਂ। ਤੁਸੀਂ ਦੱਸੋ ਜੀ ਤੁਹਾਨੂੰ ਕਿੱਦਾਂ ਲੱਗਦਾ, ਬਿਲਕੁਲ ਅਲੱਗ ਤਰੀਕੇ ਦੀ ਚੀਜ਼ ਸਾਡੇ ਪੰਜਾਬੀਆਂ ਦੇ, ਅਸੀਂ ਦਾਲ ਰੋਟੀ ਖਾਣ ਵਾਲੇ ਬੰਦੇ ਪੀਜ਼ੇ ਬਣਾ ਰਹੇ ਹਾਂ। ਵਧੀਆ ਲੱਗਦਾ ਜੀ, ਸਗੋਂ ਤਾਂ ਇੰਟਰਸਟ ਬਣ ਗਿਆ ਬਹੁਤ ਜ਼ਿਆਦਾ। ਪਹਿਲਾਂ ਚਲੋ ਜੋਬ 'ਚ ਨਹੀਂ ਉਹ ਕਰਿਆ, ਬਾਈ ਨੂੰ ਮਿਲੇ ਅਸੀਂ, ਨਹੀਂ ਦੁਕਾਨ 'ਤੇ ਗਏ ਸੀਗੇ, ਫਿਲਹਾਲ ਇਹਨਾਂ ਦੀਆਂ ਗੱਲਾਂ ਨੇ ਇੱਕ ਪ੍ਰਭਾਵ ਜਿਹਾ ਛੱਡਿਆ, ਕੁਛ ਇੱਦਾਂ ਦਾ ਅਲੱਗ ਜਿਹਾ ਲੱਗਿਆ ਵੀ ਹਾਂ ਇੱਕ ਇਹਨਾਂ ਦੀ ਇਹੀ ਸੋਚ ਚੰਗੀ ਲੱਗੀ ਵੀ ਅਸੀਂ ਕਿਸੇ ਨੂੰ ਸਰਕਲ ਨੂੰ ਨਾਲ ਲੈ ਕੇ ਚੱਲਣਾ। ਅਸੀਂ ਹੋਰ ਵੀ ਕਹਿੰਦੇ ਹਾਂ ਜਿਹੜੇ ਚਲੋ ਸਾਨੂੰ ਜਿਹੜੇ ਨਾਲ ਵੀਰ ਭਰਾ ਸਿੱਖਣ ਵਾਸਤੇ ਆਉਣਗੇ, ਹੋਰ ਕੋਈ ਕੁੜੀ ਜਾਂਦੀ ਚਲੋ ਹੈ ਨਾ, ਜੋ ਵੀ ਆਏਗਾ ਸਾਡਾ ਵੀਰ ਭਾਈ ਭੈਣ ਆਏਗੀ ਸਾਡੀ, ਅਸੀਂ ਉਹਨਾਂ ਨੂੰ ਸਿਖਾਵਾਂਗੇ, ਉਹਨਾਂ ਦਾ ਕੰਮ ਵੀ ਸ਼ੁਰੂ ਕਰਾਵਾਂਗੇ ਜਿੱਥੋਂ ਤੱਕ ਸਾਡਾ ਹੋ ਸਕਦਾ, ਅਸੀਂ ਉਹਨਾਂ ਦਾ ਸਾਥ ਦੇਵਾਂਗੇ। ਸ਼ੁਰੂ ਸ਼ੁਰੂ 'ਚ ਚਲੋ ਪੈਸੇ ਨਹੀਂ ਹੁੰਦੇ, ਜਿੰਨਾ ਕੁ ਹੋ ਸਕਦਾ ਅਸੀਂ ਆਪਣਾ ਸਾਥ ਦੇਵਾਂਗੇ, ਆਪਣੇ ਨਾਲ ਖੜੇ ਕਰਾਂਗੇ। ਤੁਸੀਂ ਕੀ ਕੁਛ ਕਰੋਗੇ ਜੀ ਹੋਰ ਇਹਨੂੰ ਲੈ ਕੇ, ਕੋਈ ਤੁਹਾਡਾ ਤਾਂ ਨਵਾਂ ਆਈਡੀਆ ਆਇਆ ਹੋਏਗਾ, ਰੋਜ਼ ਹੀ ਬੰਦੇ ਨੂੰ ਨਵੇਂ ਨਵੇਂ ਆਈਡੀਆ ਆਉਂਦੇ, ਜਦੋਂ ਬੰਦਾ ਕੰਮ ਕਰਨਾ ਸ਼ੁਰੂ ਕਰਦਾ ਨਾ ਫਿਰ ਸੋਚਦਾ ਮੈਂ ਆਹ ਚੀਜ਼ ਜ਼ਿਆਦਾ ਵਧੀਆ ਬਣਾਉਣਾ। ਤੁਹਾਡੀ ਸਪੈਸ਼ਲਿਟੀ ਕੀ ਹੈ, ਤੁਸੀਂ ਕੀ ਜ਼ਿਆਦਾ ਵਧੀਆ ਬਣਾਉਂਦੇ ਹੋ ਕਿ ਸਾਰੀਆਂ ਚੀਜ਼ਾਂ ਵਧੀਆ ਬਣਾਉਂਦੇ ਹੋ? ਬਣਾ ਲਈ ਨਹੀਂ, ਸਾਰਾ ਕੁਛ ਵਧੀਆ ਬਣਾ ਲੈਂਦੇ ਹਾਂ। ਵੈਸੇ ਤਾਂ ਮੈਨੂੰ ਮੇਰੇ ਉਸਤਾਦ ਜਿਹੜੇ ਨੇ ਬ੍ਰਦਰ, ਉਹ ਮੈਨੂੰ ਵੈਸੇ ਤਾਂ ਮਲਾਈ ਚਾਂਪ ਨੂੰ ਕਹਿੰਦੇ ਵੀ ਤੁਸੀਂ ਮਲਾਈ ਚਾਂਪ ਲਾਓ। ਤੁਸੀਂ ਕੀ ਸਪੈਸ਼ਲ ਬਣਾਉਂਦੇ ਹੋ? ਪੀਜ਼ਾ ਲਾ ਲੈਂਦੇ ਜੀ, ਸਭ ਬੈਸਟ ਜਿੱਥੋਂ ਤੱਕ ਟੋਪਿੰਗ ਵਗੈਰਾ ਸਭ ਠੀਕ ਬਾਈ ਨੇ ਸਿਖਾਇਆ, ਜਿੰਨਾ ਵਧੀਆ ਕਰਦੇ ਨੇ ਬਾਈ, ਜਿੱਥੋਂ ਤੱਕ ਜੱਜ ਕਰ ਦਿੰਦੇ ਨੇ ਵੀ ਹਾਂ ਤੁਸੀਂ ਇਹ ਚੀਜ਼ ਵਧੀਆ ਕਰਦੇ ਹੋ, ਅਸੀਂ ਉੱਧਰ ਨੂੰ ਲੱਗ ਜਾਂਦੇ ਜੀ। ਹਾਂਜੀ, ਐਂ ਵੀ ਹੋਇਆ ਵੀ ਤੁਹਾਨੂੰ ਲੱਗੇ ਪਹਿਲੇ ਮੈਂ ਇਹਨਾਂ ਦੇ ਹੱਥ ਦੀ ਬਣੀ ਆਪ ਤਾਂ ਬਣਾ ਕੇ ਖਾ ਲਾਂ? ਹਾਂਜੀ ਬਿਲਕੁਲ ਮੈਮ, ਦੇਖੋ ਕਸਟਮਰ ਤੱਕ ਚੀਜ਼ ਪਹੁੰਚਾਉਣੀ ਹੈ ਆਪਾਂ ਨੇ, ਜੇ ਅੱਛੀ ਨਹੀਂ ਬਣੇਗੀ ਤਾਂ ਨੈਕਸਟ ਟਾਈਮ ਨਹੀਂ ਆਏਗਾ ਸਾਡੇ ਕੋਲ, ਅਤੇ ਕੋਸ਼ਿਸ਼ ਕਰਦੇ ਹਾਂ ਕਿ ਖੁਦ ਨੂੰ ਇਹਨਾਂ ਨੂੰ ਕਹਿੰਦਾ ਕਿ ਤੁਸੀਂ ਚੈੱਕ ਕਰੋ ਤੁਹਾਨੂੰ ਅੱਛੀ ਲੱਗਦੀ ਹੈ ਤਾਂ ਸਾਰਿਆਂ ਨੂੰ ਅੱਛੀ ਲੱਗੇਗੀ, ਅਤੇ ਕੋਸ਼ਿਸ਼ ਕਰੋ ਜਿੰਨੀ ਹੋ ਸਕਦੀ ਕੁਆਲਿਟੀ ਅੱਛੀ ਦਿਓ ਆਪਣੇ ਤੋਂ, ਚੀਜ਼ਾਂ ਸਮਾਨ ਦੀ ਕੋਈ ਟੈਨਸ਼ਨ ਨਾ ਲਓ, ਨਹੀਂ ਬਚ ਗਿਆ ਨਾ ਅਸੀਂ ਕੋਈ ਗੱਲ ਨਹੀਂ, ਪਰਮਾਤਮਾ ਆਪਾਂ ਨੂੰ ਦੇਣ ਵਾਲਾ ਬੈਠੇ, ਤੁਸੀਂ ਅੱਛੀ ਚੀਜ਼ ਬਣਾਓ, ਅਤੇ ਬਣਾ ਵੀ ਰਹੇ ਨੇ ਐਸੀ ਗੱਲ ਹੈ ਨਹੀਂ, ਅਤੇ ਜਿੱਦਾਂ ਵੀ ਮੈਨੇ ਕਿ ਆਪਣੀ ਟੀਮ ਨੂੰ ਬ੍ਰਦਰ ਨੇ ਮੇਰੇ ਭਾਈ ਨੇ ਛੋਟੇ ਵੀ ਨੇ ਵੱਡੇ ਵੀ ਨੇ, ਅਤੇ ਜਿੱਦਾਂ ਵੀ ਚਾਹੁੰਦਾ ਕਿ ਉਹ ਉੱਦਾਂ ਹੀ ਵਰਕਆਊਟ ਕਰਦੇ ਨੇ।
ਤੁਸੀਂ ਕੀ ਬਣਾਉਂਦੇ ਹੋ ਸਭ ਤੋਂ ਤੁਹਾਡੀ ਸਪੈਸ਼ਲਿਟੀ, ਕਿਉਂਕਿ ਤੁਸੀਂ ਉਹਨਾਂ ਨੂੰ ਸਿਖਾਇਆ, ਉਹ ਕਹਿੰਦੇ ਅਸੀਂ ਇੰਸਪਾਇਰ ਹੋਏ ਹਾਂ, ਅਮਰਜੀਤ ਨੇ ਸਾਨੂੰ ਸਿਖਾਇਆ ਹੈਗਾ, ਟ੍ਰੇਨਡ ਕੀਤਾ, ਅਤੇ ਤੁਸੀਂ ਕਿਹੜੀ ਚੀਜ਼ ਵਧੀਆ ਬਣਾ ਲੈਂਦੇ ਹੋ ਜਿਹੜੇ ਤੁਸੀਂ ਪੰਜ ਛੇ ਸ਼ੁਰੂ ਕੀਤੀਆਂ? ਆਉਣ ਵਾਲੇ ਦਿਨਾਂ 'ਚ ਕੁਛ ਹੋਰ ਵੀ ਚੀਜ਼ਾਂ ਪਾਓਗੇ ਨਵੀਆਂ ਇਸ 'ਚ, ਮਤਲਬ ਜੇ ਲੋਕਾਂ 'ਚ ਪਾਪੂਲਰ ਹੋ ਗਈ ਤੁਹਾਡੀ ਟਰੋਲੀ, ਔਰ ਅਸੀਂ ਅਰਦਾਸ ਕਰਾਂਗੇ ਵਾਹਿਗੁਰੂ ਅੱਗੇ ਕਿ ਬਿਲਕੁਲ ਹੋਵੇ ਤੁਹਾਡੀ ਜਿਹੜੀ ਹੈ ਤੁਸੀਂ ਕੰਮ ਸ਼ੁਰੂ ਕੀਤਾ ਉਹ ਵਧੇ ਫੁੱਲੇ, ਔਰ ਇਹਦੇ 'ਚ ਹੋਰ ਵੀ ਜ਼ਿਆਦਾ ਤਰੱਕੀਆਂ ਹੋਣ। ਤੁਸੀਂ ਹੋਰ ਫਿਰ ਐਡੀਸ਼ਨ ਵੀ ਕਰੋਗੇ, ਸੋਚਿਆ ਕੁਛ? ਪਨੀਰ ਟਿੱਕਾ ਵਗੈਰਾ ਲਗਾਵਾਂ, ਸਭ ਥੋੜ੍ਹੇ ਤੰਦੂਰ ਤੋਂ ਅਲੱਗ ਲਾਵਾਂਗੀ ਮੈਮ, ਉਹ ਅਲੱਗ ਰੈਸਿਪੀਆਂ ਸਾਡੀਆਂ ਆਪਣੀਆਂ ਹੀ ਹੋਣਗੀਆਂ, ਜਿਵੇਂ ਕਿ ਸੋਇਆ ਚਾਪ ਆਪਣੀ ਰੈਸਿਪੀ ਹੈ, ਕਿਸੇ ਤੋਂ ਚੋਰੀ ਨਹੀਂ ਕੀਤੀ ਹੋਈ ਅਸੀਂ। ਹਾਂਜੀ, ਅਤੇ ਕੁੱਲੜ ਪੀਜ਼ੇ ਦੀ ਬੜੀ ਫੇਮਸ ਆ ਜੀ, ਉਹ ਅਸੀਂ ਲਗਾਵਾਂਗੇ। ਹਾਂਜੀ, ਕੁਛ ਹੋਰ ਵੀ ਮਾਇੰਡ 'ਚ ਕੁਛ ਅੱਛਾ ਆਇਆ ਕਿ ਲੋਕਾਂ ਦਾ ਰਿਸਪੋਂਸ ਅੱਛਾ, ਕਿ ਚੀਜ਼ ਤੁਸੀਂ ਬਣਾਓ ਬਰਦਰ, ਜੇ ਉਹ ਜ਼ਰੂਰ ਚਾਹਵਾਂਗੇ ਅਸੀਂ, ਜਿਹੜੇ ਲੋਕਾਂ ਦੀ ਮੰਗ ਹੋਏਗੀ। ਰਿਵਿਊ ਲੈਂਦੇ ਹੋ ਜਦੋਂ ਤੁਹਾਡੇ ਤੋਂ ਲੈ ਕੇ ਖਾ ਕੇ ਜਾਂਦੇ ਆ, ਤੁਸੀਂ ਗੱਲ ਕਰਦੇ ਹੋ ਵੀ ਬਾਈ ਜੀ ਕੀ ਹੈ ਤੁਹਾਡਾ ਰਿਵਿਊ, ਇਹਦੇ ਬਾਰੇ ਕਿਵੇਂ ਦਾ ਲੱਗਿਆ, ਕੁਛ ਘੱਟ ਵੱਧ ਲੱਗ ਰਿਹਾ ਹੋਇਆ ਤਾਂ ਸਾਨੂੰ ਦੱਸੋ, ਤਾਂ ਕਿ ਤੁਸੀਂ ਆਪਣੀਆਂ ਕਸਟਮਰ ਦੇ ਅਕੋਰਡਿੰਗਲੀ ਆਪਣੇ ਆਪ ਨੂੰ ਐਡਜਸਟ ਕਰ ਸਕੋ? ਕੁਛ ਐਸਾ ਵੀ ਹੁੰਦਾ ਕਿ ਤੁਸੀਂ ਆਪਣੀ ਰੈਸਿਪੀ ਉਹਨਾਂ ਨੂੰ ਪਰੋਸ ਦਿਓ? ਨਹੀਂ ਮੈਮ, ਦੇਖੋ ਅਸੀਂ ਰੈਸਿਪੀ ਆਪਣੀ ਦੇ ਦੇਣੀ ਹੈ ਇੱਕ ਵਾਰ ਕਸਟਮਰ ਨੂੰ, ਉਹ ਆਪੇ ਰਿਵਿਊ ਦੇ ਜਾਂਦਾ ਬਾਈ ਐਂਡ ਆ ਸਹੀ ਗੱਲ ਕਰਾਤੀ, ਹੈ ਨਾ। ਚਲੋ ਆਪਣੀ ਚੀਜ਼ ਦੀ ਰਾਬਤ ਤਾਰੀਫ ਹੋਣੀ ਨਹੀਂ ਗਈ, ਦੇਖੋ ਤੁਸੀਂ ਵੀ ਖਾਓਗੇ, ਕੋਈ ਵੀ ਇਨਸਾਨ ਆਏਗਾ ਖਾ ਕੇ ਹੀ ਪਤਾ ਲੱਗਿਆ ਕਿਸੇ ਵਾਰੀ ਚੀਜ਼ ਬਾਰੇ, ਸਿੱਧੀ ਡਾਇਰੈਕਟ ਕਹਿੰਦੀ ਹਾਂ ਸਾਡੀ ਵਧੀਆ ਨਹੀਂ ਹੋ ਸਕਦਾ, ਸੋਚ ਇੱਕ ਅਸੀਂ ਵੀ ਮਾੜੇ ਹੋਈਏ ਕਿਸੇ ਪਾਸੋਂ, ਸਹੀ ਨੇ ਬਣੇ। ਪਰ ਤਕਰੀਬਨ ਜਿੰਨੀ ਵੀ ਦੁਨੀਆ ਆਏ, ਬ੍ਰਦਰ ਆਏ ਨੇ, ਭੈਣਾਂ ਆਈਆਂ ਮੇਰੀਆਂ, ਬਜ਼ੁਰਗ ਵੀ ਆਏ ਨੇ, ਕਾਫੀ ਸਾਨੂੰ ਹੱਲਾ ਸ਼ੇਰੀ ਵੀ ਦਿੰਦੇ ਨੇ, ਪਰ ਹਰ ਬੰਦੇ ਨੇ ਤਾਰੀਫ ਕੀਤੀ। ਚਲੋ ਨਿੱਕੀ ਕਿਤੇ ਨਾ ਕਿਤੇ ਵੱਡੇ ਵੱਡੇ ਕਾਰੀਗਰਾਂ ਤੋਂ ਹੋ ਜਾਂਦੀ ਹੈ। ਤੁਸੀਂ ਪਹਿਲੀ ਵਾਰ ਜਿਹੜੀ ਚੀਜ਼ ਬਣਾਈ ਸੀ ਲਾਈਫ ਦੇ ਵਿੱਚ, ਤੁਸੀਂ ਕਿਹਾ ਨਾ ਮੈਂ ਮਾਤਾ ਨਾਲ ਵੀ ਰਸੋਈ 'ਚ ਲੱਗਦਾ ਹੁੰਦਾ ਸੀਗਾ, ਕੀ ਬਣਾਇਆ ਸੀਗਾ ਪਹਿਲੇ? ਸ਼ਾਇਦ ਮੈਨੂੰ ਲੱਗਦਾ ਮੈਂ ਸਾਗ ਹੀ ਬਣਾਇਆ ਸੀ ਮਾਤਾ ਨਾਲ ਰਲ ਕੇ। ਹਾਂਜੀ, ਸਰੋਂ ਸਾਗ ਬਣਾਇਆ ਸੀ। ਘਰ ਦੇ ਵਿੱਚ ਸਭ ਤੋਂ ਵਧੀਆ ਚੀਜ਼ ਕਿਹੜੀ ਬਣਾਉਂਦੇ ਜਿਹੜੀ ਆਪਾਂ ਘਰਾਂ 'ਚ ਆਮ ਪੰਜਾਬੀ ਘਰਾਂ 'ਚ ਖਾਂਦੇ ਹਾਂ? ਮੈਂ ਮਾਂਹ ਛੋਲਿਆਂ ਦੀ ਦਾਲ ਬਣਾ ਲੈਂਦਾ ਜੀ। ਹਾਂਜੀ, ਤੁਸੀਂ ਵੀ ਕਦੇ ਘਰ 'ਚ ਕੰਮ ਕੀਤਾ ਪਹਿਲੇ, ਬਣਾਇਆ ਕੁਛ? ਨਹੀਂ, ਥੋੜ੍ਹਾ ਥੋੜ੍ਹਾ ਕਰ ਲੈਂਦੇ ਜੀ, ਜਿੱਦਾਂ ਥੋੜ੍ਹਾ ਬਹੁਤ ਹੁਣ ਘਰ 'ਚ ਭੈਣ ਸੀਗੀ, ਉਹਨਾਂ ਦੀ ਮੈਰਿਜ ਹੋ ਗਈ, ਅਤੇ ਹੁਣ ਮੰਮੀ ਡੈਡੀ ਕਈ ਵਾਰੀ ਕੰਮ 'ਤੇ ਹੁੰਦੇ ਨੇ, ਤਾਂ ਮੈਂ ਥੋੜ੍ਹਾ ਬਹੁਤਾ ਜਿੰਨਾ ਕੁ ਹੁੰਦਾ ਕੁਕਿੰਗ ਕਰ ਲੈਣਾ ਸਾਥ ਦੇ ਨਾਲ ਉਹਨਾਂ ਦਾ। ਬਾਕੀ ਬਣਾਉਂਦੇ ਹੋ ਸਪੈਸ਼ਲ ਜੇ ਜਿਸ ਦਿਨ ਮਾਂ ਦਾ ਮਨ ਨਾ ਹੋਵੇ, ਪਿਤਾ ਜੀ ਦਾ ਮਨ ਨਾ ਹੋਵੇ, ਵੀ ਅੱਜ ਭਾਈ ਰਸੋਈ ਦਾ ਕੰਮ ਤਾਂ ਖਾਲਸਾ ਜੀ ਤੁਸੀਂ ਬਣਾ ਕੇ ਖਵਾਉਣਾ ਸਾਨੂੰ? ਫਰਾਈਡ ਰਾਈਸ ਹੁੰਦਾ ਜੀ। ਹਾਂਜੀ, ਮੈਂ ਸਪੈਸ਼ਲੀ ਉੱਥੇ ਪ੍ਰਮਾਣੂ ਕੰਮ ਸਿੱਖਿਆ, ਥੋੜ੍ਹਾ ਦੋ ਕੁ ਮਹੀਨੇ ਲਾਏ ਸੀਗੇ ਇਹਨਾਂ ਤੋਂ, ਇੱਕ ਨੇਪਾਲੀ ਸੀਗੇ, ਉਹਨਾਂ ਨੇ ਬਹੁਤ ਫੇਮਸ ਹਨ, ਉਹਨਾਂ ਦੇ ਫਰਾਈਡ ਰਾਈਸ ਪ੍ਰਮਾਣੂ 'ਚ, ਉਹਨਾਂ ਦੀ ਉਹ ਦੁਕਾਨ ਛੋਟੀ ਜਿਹੀ ਸ਼ੋਪ ਹੈ, ਅਤੇ ਉਹਨਾਂ ਨੇ ਫਰਾਈਡ ਰਾਈਸ ਸਿਖਾਏ ਸੀਗੇ, ਮੈਨੂੰ ਬਹੁਤ ਜ਼ਿਆਦਾ ਪਸੰਦ ਨੇ, ਅਤੇ ਮੈਂ ਉਹ ਵੀ ਜ਼ਿਆਦਾ ਟਰਾਈ ਕਰਦਾ ਉਹਨਾਂ ਘਰ 'ਚ ਜਦੋਂ ਵੀ ਟਾਈਮ ਲੱਗਦਾ। ਹਾਂਜੀ, ਆਪਣੀ ਰੈਸਪੀ ਵੀ ਹੁੰਦਾ ਵੀ ਵਿੱਚ ਡਿਵੈਲਪ ਕੀਤੀ ਜਾਏ, ਕੋਈ ਇਹ 'ਚ ਘਾਟਾ ਵਾਧਾ ਕਰਕੇ ਦੇਖਿਆ ਜਾਏ? ਹੁੰਦਾ ਹੀ ਹੈ ਜੀ, ਜਿੱਦਾਂ ਉਹਨਾਂ ਨੇ ਸਿਖਾਇਆ, ਬਾਕੀ ਥੋੜ੍ਹਾ ਬਹੁਤਾ ਆਪਣੇ ਵੱਲੋਂ ਵੀ ਟੇਸਟ ਅਨੁਸਾਰ ਜੋ ਵੀ ਚੰਗਾ ਲੱਗਦਾ ਉਹ ਪਾ ਲੈਂਦੇ। ਤੁਸੀਂ ਕੀ ਬਣਾਉਂਦੇ ਹੋ ਸਭ ਤੋਂ ਬੈਸਟ ਘਰ ਦੇ ਵਿੱਚ, ਕਿਉਂਕਿ ਹੁਣ ਤਾਂ ਮੈਂ ਸੋਚ ਸਕਦੀ ਹਾਂ ਪਹਿਲੇ ਕਦੇ ਘਰ ਕੰਮ ਕੀਤਾ? ਹਾਂ ਜੀ, ਕਰੀ ਜਾਂਦੇ ਹਾਂ, ਮੈਨੂੰ ਵੈਸੇ ਜ਼ਿਆਦਾ ਸ਼ੌਂਕ ਤਾਂ ਜੀ ਪਨੀਰ ਦਾ। ਹਾਂ ਜੀ, ਘਰ ਘਰ ਦਾ ਦੁੱਧ ਹੁੰਦਾ ਜੀ, ਵੈਸੇ ਕਈ ਵਾਰੀ ਮਾਤਾ ਜਦੋਂ ਧਾਰਾਂ ਕੱਢਣ ਵਗ ਜਾਂਦੀ ਆ ਜੀ, ਪਿੱਛੋਂ ਕਈ ਵਾਰੀ ਆਟਾ ਗੁੰਨਿਆ ਹੁੰਦਾ, ਮੈਂ ਰੋਟੀ ਪਕਾ ਲੈਂਦਾ ਜੀ, ਰੋਟੀ ਪਕਾ ਕੇ ਪਨੀਰ ਦੀ ਭੁਰਜੀ ਬਣਾ ਕੇ ਆਪ ਹੀ ਖਾ ਲੈਂਦਾ। ਪਨੀਰ ਦੀ ਭੁਰਜੀ ਬਣਾ ਕੇ ਆਪ ਹੀ ਖਾ ਲੈਂਦਾ ਘਰ ਦੀ ਤਾਂ ਜੀ, ਪਨੀਰ ਨਹੀਂ ਛੱਡਦਾ ਕਿਤੇ ਵੀ ਹੋਵੇ, ਇਹਨੂੰ ਪਨੀਰ ਦੇਖਣਾ ਚਾਹੀਦਾ ਇਹਨੂੰ ਕਿ ਹਾਂ ਬਸ ਮੈਨੂੰ ਦੇਖ ਗਿਆ, ਬਸ ਹੁਣ ਪਿੱਛੇ ਛੱਡ ਦਿਓ ਸਾਰੇ ਜਣੇ। ਤੁਸੀਂ ਪਨੀਰ ਟਿੱਕਾ ਨਹੀਂ ਲਾਉਣਾ ਫਿਰ, ਨਹੀਂ ਤਾਂ ਸਾਰਾ ਪਨੀਰ ਖਤਮ। ਕੋਈ ਦਿੱਕਤ ਨਹੀਂ ਮੈਮ, ਭਰਾਵਾਂ ਉੱਪਰ ਦੀ ਕੁਛ ਵੀ ਨਹੀਂ ਹੈਗਾ, ਹੈ ਨਾ। ਦੇਖੋ ਜੀ, ਘਰ ਵੀ ਕੰਮ ਕਰਦੇ ਔਰ ਕਹਿੰਦੇ ਅਸੀਂ ਘਰਦਿਆਂ ਨੂੰ ਬਣਾ ਕੇ ਖਵਾ ਦਈਦੀ ਹੈ, ਔਰ ਬੜਾ ਇੰਟਰਸਟਿੰਗ ਗੱਲ ਕਹੀ, ਉਹ ਕਹਿੰਦੇ ਜਿਵੇਂ ਮਾਂਹ ਛੋਲੇ ਦੀ ਦਾਲ, ਉਹ ਕਹਿੰਦੇ ਜਿਵੇਂ ਫਰਾਈਡ ਰਾਈਸ, ਔਰ ਉਹ ਕਹਿੰਦੇ ਜੀ ਪਨੀਰ ਦੀ ਭੁਰਜੀ ਔਰ ਰੋਟੀਆਂ ਲਾ ਕੇ ਖਵਾ ਦਿੰਦੀ ਹੈ ਘਰਦਿਆਂ ਨੂੰ ਵੀ, ਅਤੇ ਆਪ ਵੀ ਖਾ ਜਾਈਦੀ ਹੈ। ਪਹਿਲੇ ਬੰਦੇ ਨੇ ਇਹ ਨਹੀਂ ਕਿਹਾ ਕਿ ਮੈਂ ਖਵਾਉਣਾ, ਕਹਿੰਦੇ ਮੈਂ ਆਪ ਹੀ ਖਾ ਜਾਂਦਾ। ਚਲੋ ਐਨੀਵੇਜ਼, ਬਹੁਤ ਵਧੀਆ ਇੱਕ ਉਪਰਾਲਾ ਕੀਤਾ ਇਹਨਾਂ ਨੇ, ਵਧੋ ਫੁੱਲੋ ਜੀ, ਇਹੀ ਸਾਡੀ ਦੁਆ ਹੈਗੀ ਹੈ। ਥੈਂਕ ਯੂ ਮੈਮ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਜੀ, ਅਤੇ ਹੁਣ
ਕਿਸ ਤਰ੍ਹਾਂ ਲਾਈਨ ਅਪ ਕਰਦੇ ਹੋ ਸਵੇਰੇ? ਖਰੀਦਦਾਰੀ ਖਾਸ ਕਰਕੇ ਬੜੀ ਇੰਪੋਰਟੈਂਟ ਹੁੰਦੀ ਹੈ ਤੁਸੀਂ, ਕਿਉਂਕਿ ਬਿਲਕੁਲ ਹਾਈਵੇ 'ਤੇ ਖੜ੍ਹੇ ਹੋ, ਇੱਧਰ ਪਿੰਡ ਲੱਗਦੇ ਨੇ, ਕਿੱਦਾਂ ਤੁਸੀਂ ਮੈਨੇਜ ਕਰਦੇ ਹੋ? ਕਿਉਂਕਿ ਤੁਸੀਂ 10 ਵਜੇ 11 ਵਜੇ ਤੋਂ ਲੈ ਕੇ ਤਾਂ ਇੱਥੇ ਰਹਿੰਦੇ ਹੋ, ਜਿਹੜੀਆਂ ਤੁਹਾਡੀਆਂ ਚੀਜ਼ਾਂ ਆਉਣੀਆਂ ਉਹ ਸਾਰੀਆਂ ਐਸੀਆਂ ਤਾਂ ਹੈ ਨਹੀਂ ਕਿ ਖੇਤ 'ਚ ਲੱਗੇ ਗੋਭੀਆਂ ਕਿਤੋਂ ਮੈਨੇਜ ਕਰ ਲਈਆਂ, ਸਬਜ਼ੀਆਂ ਕਰ ਲਈਆਂ, ਸਾਰੀਆਂ ਥੋੜ੍ਹੀਆਂ ਜਿਹੀਆਂ ਐਕਸਕਲੂਸਿਵ ਚੀਜ਼ਾਂ ਨੇ, ਫਿਰ ਕਿਵੇਂ ਮੈਨੇਜ ਕਿਵੇਂ ਕਰਦੇ ਹੋ ਤੁਸੀਂ? ਮੈਂ ਦੇਖ ਲੈਂਦੇ ਰਾਤੀ ਅਸੀਂ ਕਿ ਜਿਹੜਾ ਸਮਾਨ ਸਾਡੇ ਪਿੰਡੋਂ ਆਉਣ ਵਾਲਾ ਅਸੀਂ ਪਿੰਡੋਂ ਲਿਖ ਲੈਂਦੇ ਹਾਂ, ਅਤੇ ਉਸ ਤੋਂ ਬਾਅਦ ਦੇਖਦੇ ਕਿ ਸ਼ਹਿਰਦਾਰੀ 'ਚ ਖਰੀਦਦਾਰੀ ਅਤੇ ਸ਼ਹਿਰਦਾਰੀ 'ਚ ਖਰੀਦ ਕਰਦੇ ਹਾਂ। ਇੱਕ ਬ੍ਰਦਰ ਵਿੱਚ ਰਹਿੰਦੇ ਨੇ, ਸਾਫ਼ ਸਫਾਈ ਕਲੀਨਿਕ 'ਚ ਮੂਵ ਕਰਦੇ ਨਾਲ ਨਾਲ ਹਲਕਾ ਹਲਕਾ, ਅਤੇ ਉਸ ਤੋਂ ਬਾਅਦ 2 ਜਣੇ ਅਸੀਂ ਜਾ ਕੇ ਬਾਜ਼ਾਰ 'ਚ ਸਮਾਨ ਖਰੀਦ ਲੈਂਦੇ ਹਾਂ, ਅਤੇ ਅਸੀਂ 9-10 ਵਜੇ ਇੱਥੇ ਪਹੁੰਚ ਕੇ ਨਾਲ ਬ੍ਰਦਰ ਦੇ ਕਲੀਨਿਕ ਸਟਾਰਟ ਕਰ ਦਿੰਦੇ ਜਿੰਨੀ ਕੁ ਹੋ ਸਕਦੀ ਹੈ, ਅਤੇ ਫਿਰ ਉਸ ਤੋਂ ਬਾਅਦ ਦੇਖੀਦਾ ਕਿੰਨਾ ਸਮਾਨ ਕੀ ਕੁਛ ਰਹਿ ਤਾਂ ਨਹੀਂ ਗਿਆ, ਫਿਰ ਨਜ਼ਦੀਕੀ ਕਲੋਜ਼ ਜਿੰਨੇ ਵੀ ਹੋ ਸਕਦੇ ਅਸੀਂ ਬਹਾਦਰਗੜ੍ਹ ਤੋਂ ਵੀ ਚਾਹੁੰਦੇ ਹਾਂ ਕਿ ਚਲੋ ਨਿੱਕੀ ਦੁਕਾਨਦਾਰੀ ਤੋਂ ਖਰੀਦਿਆ ਜਾਵੇ, ਵੱਡੇ ਤੋਂ ਹਰੇ ਖਰੀਦਦਾ, ਕਿਉਂਕਿ ਨਿੱਕੀ ਦੁਕਾਨਦਾਰ ਨੂੰ ਹੀ ਸਪੋਰਟ ਕਰੀਏ ਆਪਾਂ ਚੱਲ ਕੇ, ਕੋਸ਼ਿਸ਼ ਕਰਦੇ ਹਾਂ ਜੀ। ਔਰ ਦੂਸਰੀ ਵੱਡੀ ਗੱਲ, ਇੱਕ ਹੋਰ ਤੁਸੀਂ ਗੱਲ ਕਹੀ ਹੈ, ਸਾਰੀਆਂ ਗੱਲਾਂ ਹੋ ਗਈਆਂ, ਬਣਾ ਵੀ ਵਧੀਆ ਲਿਆ, ਖਵਾ ਵੀ ਵਧੀਆ ਦਿੱਤਾ, ਕਸਟਮਰਸ ਵੀ ਵਧੀਆ ਆ ਰਹੇ ਨੇ, ਹੁਣ ਗੱਲ ਹੈ ਕਿ ਕੀਮਤ, ਇਹ ਵੀ ਬੜੀ ਪ੍ਰਾਈਸ ਵੀ ਬੜੀ ਇੰਪੋਰਟੈਂਟ ਹੁੰਦੀ ਹੈ, ਕਿਉਂਕਿ ਲੋਕ ਉਸ ਅਸੀਂ ਇਹ ਨਹੀਂ ਕਹਿੰਦੇ ਕਿ ਚੀਜ਼ ਸਸਤੀ ਹੋਣੀ ਚਾਹੀਦੀ ਹੈ, ਅਸੀਂ ਤਾਂ ਇੱਥੋਂ ਤੱਕ ਕਹਿੰਦੇ ਕਿ ਚੰਗਾ ਦੁੱਧ ਮਿਲੇ, ਜੇ ਸ਼ੁੱਧ ਦੁੱਧ ਮਿਲੇ ਤਾਂ ਮਹਿੰਗਾ ਵੀ ਮਿਲੇ ਤਾਂ ਫਾਰਮਰ ਨੂੰ ਸਪੋਰਟ ਕਰਨੀ ਚਾਹੀਦੀ ਆ, ਅੰਧਾ ਤਾਂ ਕਹਿੰਦੇ ਅਸੀਂ ਉਹਨੂੰ। ਅਤੇ ਜਿਹੜੀਆਂ ਤੁਹਾਡੀ ਆਈਟਮਸ ਨੇ ਉਹ ਤੁਸੀਂ ਇਕਨੋਮਿਕਲ ਰੱਖੀਆਂ ਹਜੇ, ਮਤਲਬ ਕਿ ਕੀਮਤਾਂ ਠੀਕ ਠੀਕ ਉਹਦੀਆਂ ਰੱਖੀਆਂ ਕਿ ਕਿੱਦਾਂ ਉਹਦੀ ਹੈਗੀ ਹੈ? ਨਹੀਂ ਮੈਮ, ਕੀਮਤਾਂ ਦੇਖੋ ਨੋਰਮਲ ਨਹੀਂ ਕਹਿ ਸਕਦਾ, ਥੋੜ੍ਹੀ ਜਿਹੀ ਹਾਈ ਜ਼ਰੂਰ ਨੇ, ਕਿਉਂਕਿ ਹੈਲਥ ਦੇ ਉੱਤੋਂ ਕੁਛ ਵੀ ਨਹੀਂ ਹੈਗਾ ਮੈਮ। ਠੀਕ ਹੈ, ਅਸੀਂ 10 ਰੁਪਏ ਚੀਜ਼ ਸਸਤੀ ਦੇ ਦਾਂਗੇ, ਉਹ ਕੱਲ੍ਹ 10,000 ਬਣ ਕੇ ਇਨਸਾਨ ਦੇ ਉੱਤੇ ਲੱਗੇ, ਉਹ ਨਹੀਂ ਚਾਹੁੰਦੇ ਅਸੀਂ, ਕਿ ਹੈਲਥ ਦੇ ਉੱਤੋਂ ਕੁਛ ਵੀ ਨਹੀਂ ਹੈਗਾ, ਕਿ ਹੈਲਥ ਹੀ ਸਭ ਤੋਂ ਵੱਡੀ ਚਵਰਪਰਸ ਆ ਜੀ। ਮੈਂ ਦੇਖੋ ਜੀ, ਉੱਪਰ ਦੇਖ ਸਕਦੇ ਤੁਸੀਂ, ਰਜਿਸਟ੍ਰੇਸ਼ਨ ਸਰਟੀਫਿਕੇਟ ਗਵਰਨਮੈਂਟ ਆਫ ਪੰਜਾਬ ਤੋਂ ਲਿਆ ਹੋਇਆ, ਡਿਪਾਰਟਮੈਂਟ ਆਫ ਫੂਡ ਸੇਫਟੀ ਐਂਡ ਸਟੈਂਡਰਡ ਅਥੋਰਿਟੀ ਆਫ ਇੰਡੀਆ ਦਾ ਬਹੁਤ ਵੱਡਾ ਸਰਟੀਫਾਈਡ ਜਿਹੜਾ ਇੱਕ ਇਹਨਾਂ ਦਾ ਕੰਮਕਾਜ ਹੈਗਾ, FSSAI ਤੋਂ ਇਹਨਾਂ ਨੇ ਫੂਡ ਸੇਫਟੀ ਐਂਡ ਸਟੈਂਡਰਡ ਅਥੋਰਿਟੀ ਆਫ ਇੰਡੀਆ FSSAI ਉਹਨਾਂ ਤੋਂ ਇਹਨਾਂ ਨੇ ਬਕਾਇਦਾ ਪ੍ਰਮਾਣ ਪੱਤਰ ਲਿੱਤਾ ਹੋਇਆ, ਬਕਾਇਦਾ ਰਜਿਸਟਰਡ ਹੈਗੇ ਨੇ ਔਰ ਰਜਿਸਟਰਡ ਹੋ ਕੇ ਕੰਮ ਚਲਾ ਰਹੇ ਨੇ। ਇੱਦਾਂ ਨਹੀਂ ਕਹਿ ਸਕਦੇ ਕਿ ਤੁਸੀਂ ਜਿਵੇਂ ਕਿਸੇ ਨੇ ਵੀ ਕੰਮ ਆਪਣਾ ਸ਼ੁਰੂ ਕਰ ਲਿੱਤਾ ਅਤੇ ਰਜਿਸਟ੍ਰੇਸ਼ਨ ਕਰਕੇ ਸਪੈਸ਼ਲ ਤਰੀਕੇ ਦੇ ਨਾਲ ਸਰਟੀਫਾਈਡ ਤਰੀਕੇ ਦੇ ਨਾਲ 3 ਦੋਸਤਾਂ ਨੇ ਇੱਕ ਐਸਾ ਉਪਰਾਲਾ ਕੀਤਾ ਕਿ ਫਾਰਮਰਸ ਹੱਟ ਬਣਾ ਦਿੱਤੀ ਔਰ ਫਾਰਮਰਸ ਹੱਟ ਦੇ ਵਿੱਚ ਉਹਨਾਂ ਨੇ ਇੱਕ ਛੋਟਾ ਜਿਹਾ ਆਪਣਾ ਕੰਮਕਾਜ 5 ਆਈਟਮਸ ਦੇ ਨਾਲ ਹਜੇ ਸ਼ੁਰੂ ਕੀਤਾ। ਅਤੇ ਦੁਬਾਰਾ ਤੋਂ ਦੱਸ ਦਿੰਦੇ ਹਾਂ ਕਿ 1 ਕਿਲੋਮੀਟਰ ਤਰਹੇੜੀ ਜੱਟਾਂ ਜਿਹੜਾ ਟੋਲ ਪਲਾਜ਼ਾ ਹੈ ਉਹਦੇ ਵਿੱਚ ਜੇ ਤੁਸੀਂ ਝੂਮਦੇ ਝੂਮਦੇ ਕੁਝ ਖਾਣਾ ਚਾਹੁੰਦੇ ਹੋ, ਟਰੋਲੀ ਦੀ ਫੀਲਿੰਗ ਲੈਣਾ ਚਾਹੁੰਦੇ ਹੋ ਔਰ ਰਾਤ ਦੇ 10:30 ਵਜੇ ਤੱਕ ਤੁਸੀਂ ਇੱਥੇ ਲੱਭ ਸਕਦੇ ਹੋ, ਔਰ ਖਾਸ ਕਰਕੇ ਕੋਈ ਦੂਰੋਂ ਆ ਰਿਹਾ ਹੋਵੇ ਜਾਂ ਕੋਈ ਕੰਮ ਤੋਂ ਆ ਰਿਹਾ ਹੋਵੇ ਔਰ ਉਹਨੇ ਦੂਰ ਜਾਣਾ ਹੋਵੇ ਔਰ ਉਹਨੂੰ ਭੁੱਖ ਲੱਗੀ ਹੋਵੇ ਅਤੇ 10:30 ਵਜੇ ਤੱਕ ਜੇ ਤੁਹਾਨੂੰ ਫੂਡ ਚਾਹੀਦਾ ਤਾਂ ਤੁਹਾਨੂੰ ਇੱਥੇ ਫਾਰਮਰ ਹੱਟ 'ਤੇ ਮਿਲੇਗਾ। ਹਜੇ ਚਾਹੇ ਸਨੈਕਸ ਨੇ ਪਰ ਅੱਛੇ ਬਣਾ ਰਹੇ ਨੇ, ਪੇਟ ਵੀ ਭਰੇਗਾ, ਨਿਊਟ੍ਰੀਸ਼ਨ ਵੀ ਮਿਲੇਗਾ ਔਰ ਸਾਫ਼ ਸੁਥਰਾ ਵੀ ਮਿਲੇਗਾ, ਕਿਉਂਕਿ ਨਵੇਂ ਮੇਜ਼ ਲੱਗੇ ਨੇ ਜੀ, ਬਹੁਤ ਦਿਲ ਨਾਲ ਕੰਮ ਕਰ ਰਹੇ ਨੇ 3 ਦੋਸਤ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਰਟੀਫਾਈਡ ਉਹਨਾਂ ਦਾ ਜਿਹੜੀ ਫਾਰਮਰਸ ਹੱਟ ਉਹਨਾਂ ਨੇ ਬਣਾਈ ਹੈ, ਇੱਕ ਛੋਟਾ ਜਿਹਾ ਬੜਾ ਹੀ ਮੋਬਾਈਲ ਤਰ੍ਹਾਂ ਦਾ ਰੈਸਟੋਰਾਂ ਹੈਗਾ, ਇਹਨੂੰ ਟਰਾਈ ਜ਼ਰੂਰ ਕਰੋ, ਇੱਥੇ ਆਓ ਔਰ ਅਮਰਜੀਤ ਔਰ ਉਹਨਾਂ ਦੇ ਦੋਸਤਾਂ ਨਾਲ ਗੱਲਬਾਤ ਵੀ ਕਰੋ ਅਤੇ ਖਾਓ ਅਤੇ ਪ੍ਰੋਤਸਾਹਿਤ ਵੀ ਕਰੋ ਡੈਫੀਨੇਟਲੀ, ਕਿਉਂਕਿ ਜਿੱਥੋਂ ਤੱਕ ਦੇਖਿਆ ਜਾਏ ਤਾਂ ਵਾਕਈ ਪੰਜਾਬ ਦੇ ਵਿੱਚ ਉੜਤਾ ਪੰਜਾਬ ਨੂੰ ਜਿਹੜਾ ਇੱਕ ਫਿਲਮ ਵੀ ਬਣੀ ਸੀ ਔਰ ਉੜਤਾ ਪੰਜਾਬ ਜਿਸ ਤਰੀਕੇ ਦੇ ਨਾਲ ਲਗਾਤਾਰ ਦੇਖ ਰਹੇ ਹਾਂ, ਨਸ਼ਿਆਂ ਤੋਂ ਬਚਣ ਲਈ, ਕੰਮਕਾਜ 'ਤੇ ਲੱਗਣ ਲਈ, ਰੋਜ਼ਗਾਰ ਨੂੰ ਬਣਾਉਣ ਲਈ ਔਰ ਸਭ ਤੋਂ ਹੌਸਲੇ ਵਾਲੀ ਗੱਲ ਜਿਹੜੀ ਹੈਗੀ ਹੈ
ਇਹਨਾਂ ਤਿੰਨਾਂ ਦੋਸਤਾਂ ਦੀ ਉਹ ਹੈ ਕਿ ਉਹ ਇਨਵਾਈਟ ਕਰ ਰਹੇ ਨੇ ਕਿ ਜੇ ਕਿਸੇ ਨੇ ਕੰਮ ਸਿੱਖਣਾ ਸਾਡੇ ਕੋਲ ਆਓ, ਚਾਹੇ ਕੋਈ ਕੁੜੀ ਹੋਵੇ ਚਾਹੇ ਕੋਈ ਮੁੰਡਾ ਹੋਵੇ, ਅਸੀਂ ਕੰਮ ਵੀ ਸਿਖਾਵਾਂਗੇ, ਕੋਸ਼ਿਸ਼ ਕਰਾਂਗੇ, ਹੈਲਪ ਕਰਾਂਗੇ ਕਿ ਉਹਨਾਂ ਨੂੰ ਉਹਨਾਂ ਦਾ ਕੰਮ ਹੋਰ ਅਸੀਂ ਨਵਾਂ ਖੁਲਵਾ ਕੇ ਵੀ ਦੇ ਸਕੀਏ। ਇਹ ਜੋ ਹੌਸਲੇ ਨਾਲ ਜਦੋਂ ਇੱਕ ਦੇ ਬਾਅਦ ਇੱਕ ਨਾਲ ਹੱਥ ਨਾਲ ਹੱਥ ਜੁੜਦਾ ਤਾਂ ਚੇਨ ਬਣਦੀ ਹੈ। ਪਰ ਪਹਿਲੇ ਹੱਥ ਨੂੰ ਮਜ਼ਬੂਤ ਕਰਨ ਲਈ ਇਹਨਾਂ ਕੋਲ ਲੰਘੋ ਤਾਂ ਇੱਦਾਂ ਲੰਘੋ ਨਾ ਕੁਛ ਖਾ ਕੇ ਜ਼ਰੂਰ ਜਾਓ, ਇੰਨੀ ਕੁ ਮੇਰੀ ਬੇਨਤੀ ਹੈ। ਮੈਨੂੰ ਅਤੇ ਮੇਰੇ ਕੈਮਰਾ ਪਰਸਨ ਸਰਬਜੀਤ ਨੂੰ ਦੋ ਇਜਾਜ਼ਤ, ਅਤੇ ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ।